हेलो दोस्तों, थोड़ा साडे चैनल च बहुत बहुत स्वागत है। साडे नाल जुड़े रहने लई, बने रहने लई थोड़ा धन्यवाद। आए दिन अस तुहानूं नवीं नोटिफिकेशन दिंदे, भावें कोई रिजल्ट नूं लैके होवे, टीचर बेस कोई न्यूज़ होवे, या फिर कोई नवीं गवर्नमेंट जॉब की कोई जानकारी होवे। तां जिहड़े वी कैंडीडेट आ चुके आ जी लाइव मॉक टैसट दे विच, तां बहुत बहुत स्वागत है जी उहनां दा। लाइव मॉक टैसट नंबर 126 दे विच तां बहुत बहुत स्वागत है जी। तां जिहड़े वी कैंडीडेट आ चुके आ, ਤਾਂ ਸਰਗੁਣ ਕੌਰ ਜੀ, ਗੁੱਡ ਈਵਨਿੰਗ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਗੁਰਪ੍ਰੀਤ ਸਿੰਘ ਜੀ, ਤਾਂ ਜਿਹੜੇ ਵੀ ਕੈਂਡੀਡੇਟ ਆ ਚੁੱਕੇ ਆ ਜੀ, ਬਹੁਤ ਬਹੁਤ ਸਵਾਗਤ ਹੈ ਉਹਨਾਂ ਦਾ। ਗੁਰਪ੍ਰੀਤ ਸਿੰਘ ਜੀ, ਸਰਗੁਣ ਕੌਰ ਜੀ, ਮੋਨਾ ਜੀ, ਰਾਜਵਿੰਦਰ ਕੌਰ ਜੀ, ਬਹੁਤ ਵਧੀਆ, ਤੁਸੀਂ ਸੁਣਾਓ। ਤਾਂ ਬਹੁਤ ਵਧੀਆ ਜੀ। ਸੁਰਿੰਦਰ ਸਿੰਘ ਜੀ, ਜਪਿੰਦਰ ਕੰਬੋਜ ਜੀ, ਬਲਵੀਰ ਕੌਰ ਜੀ, ਲਵਪ੍ਰੀਤ ਗਿੱਲ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਲਾਈਵ ਮੋਕ ਟੈਸਟ ਨੰਬਰ 126 ਦੇ ਵਿੱਚ ਤਾਂ ਬਹੁਤ ਬਹੁਤ ਜੀ, ਲਵਪ੍ਰੀਤ ਗਿੱਲ ਜੀ, ਬਲਵੀਰ ਜੀ, ਤਾਂ ਜਿਹੜੇ ਵੀ ਕੈਂਡੀਡੇਟ ਆ ਚੁੱਕੇ ਆ, ਲਾਈਕ ਸ਼ੇਅਰ ਕਰ ਦਿਓ, ਫਿਰ ਆਪਾਂ ਸ਼ੁਰੂ ਕਰਾਂਗੇ ਮੋਕ ਟੈਸਟ ਨੰਬਰ 126। ਤਾਂ ਵੀਨਾ ਰਾਣੀ ਜੀ, ਗੁੱਡ ਈਵਨਿੰਗ ਜੀ। ਸੁਰਿੰਦਰ ਸਿੰਘ ਜੀ, ਗੁੱਡ ਈਵਨਿੰਗ ਜੀ। ਸੰਦੀਪ ਜੀ, ਬਹੁਤ ਵਧੀਆ। ਚਰਨਪ੍ਰੀਤ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਤਾਂ ਜਿਹੜੇ ਵੀ ਕੈਂਡੀਡੇਟ ਆ ਚੁੱਕੇ ਆ, ਫਿਰ ਆਪਾਂ ਸ਼ੁਰੂ ਕਰਾਂਗੇ ਮੋਕ ਟੈਸਟ ਨੰਬਰ 126। ਤਾਂ ਜ਼ਰੂਰ ਜੀ, ਤੁਸੀਂ ਸੁਣਾਓ, ਤੁਹਾਡਾ ਕੀ ਹਾਲ ਚਾਲ ਹੈ ਜੀ। ਤਾਂ ਰਕੇਸ਼ ਜੀ, ਸਰਗੁਣ ਜੀ, ਗੁਰਵੀਰ ਜੀ, ਤਾਂ ਬਹੁਤ ਬਹੁਤ ਸਵਾਗਤ ਹੈ ਜੀ ਸਾਰਿਆਂ ਦਾ, ਜਿਹੜੇ ਵੀ ਕੈਂਡੀਡੇਟ ਆ ਚੁੱਕੇ ਆ ਜੀ। ਗੁਰਵੀਰ ਕੌਰ ਜੀ, ਅਨੁਰਾਧਾ ਜੀ, ਬਹੁਤ ਬਹੁਤ ਸਵਾਗਤ ਹੈ ਜੀ, ਜਿਹੜੇ ਵੀ ਕੈਂਡੀਡੇਟ ਆ ਗਏ। ਗੁਲਸ਼ਨ ਜੀ, ਬਹੁਤ ਵਧੀਆ, ਤੁਸੀਂ ਸੁਣਾਓ, ਤੁਹਾਡਾ ਕੀ ਹਾਲ ਚਾਲ ਹੈ। ਤਾਂ ਜਿਹੜੇ ਵੀ ਕੈਂਡੀਡੇਟ ਆ ਚੁੱਕੇ ਆ ਜੀ, ਫਿਰ ਜਿਹੜੇ ਵੀ, ਫਿਰ ਆਪਾਂ ਸ਼ੁਰੂ ਕਰਾਂਗੇ ਜੀ। ਸੁੱਖ ਲਾਡੀ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਅਵਨੀਤ ਜੀ, ਤੁਹਾਡਾ ਵੀ। ਸਿਮਰਨ ਜੀ, ਤੁਹਾਡਾ ਵੀ। ਸੁੱਖ ਜੀ, ਤੁਹਾਡਾ ਵੀ, ਬਹੁਤ ਬਹੁਤ ਸਵਾਗਤ ਹੈ ਜੀ। ਜਿਹੜੇ ਵੀ ਕੈਂਡੀਡੇਟ ਆ ਚੁੱਕੇ ਆ, ਫਿਰ ਆਪਾਂ ਸ਼ੁਰੂ ਕਰਦੇ ਹਾਂ ਮੋਕ ਟੈਸਟ ਨੰਬਰ 126। ਤਾਂ ਵੈਰੀ ਵੈਰੀ ਮੋਸਟ ਇੰਪੋਰਟੈਂਟ ਕੁਸ਼ਚਨ ਹੈ ਜੀ ਅੱਜ ਦੇ ਮੋਕ ਟੈਸਟ ਦੇ, ਵੈਰੀ ਮੋਸਟ ਇੰਪੋਰਟੈਂਟ। ਸਾਰੇ ਹੀ ਕੈਂਡੀਡੇਟ ਨੇ ਲਿਖਦੇ ਜਾਣੇ ਆ ਨਾਲ ਨਾਲ, ਉਹਨਾਂ ਦੇ ਮੈਂ ਤੁਹਾਨੂੰ ਕਹਿੰਦਾ ਹਿੰਟ ਲਿਖਦੇ ਜਾਇਆ ਕਰੋ। ਸਮਾਈਲੀ ਅਰੋੜਾ ਜੀ, ਬਹੁਤ ਬਹੁਤ ਸਵਾਗਤ ਹੈ ਜੀ, ਬਹੁਤ ਵਧੀਆ। ਸਿਮਰਨ ਜੀ, ਕੌਰ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਦਰਮਿੰਦਰ ਜੀ, ਗੁਰਪ੍ਰੀਤ ਸਿੰਘ ਜੀ, ਤਾਂ ਜਿਹੜੇ ਵੀ ਕੈਂਡੀਡੇਟ ਆ ਗਏ ਨੇ ਜੀ, ਤਾਂ ਆਪਾਂ ਸ਼ੁਰੂ ਕਰਦੇ ਹਾਂ ਮੋਕ ਟੈਸਟ ਨੰਬਰ 126। ਤਾਂ ਨਾਲ ਨਾਲ ਲਿਖਦੇ ਜਾਇਓ, ਉਹਨਾਂ ਦੇ ਹਿੰਟ ਲਿਖਦੇ ਜਾਇਓ, ਜਾਂ ਇੰਪੋਰਟੈਂਟ ਕੁਸ਼ਚਨ ਹੈ ਜੀ, ਤਾਂ ਫਿਰ ਆਪਾਂ ਸ਼ੁਰੂ ਕਰੀਏ। ਤਾਂ ਮੋਕ ਟੈਸਟ ਨੰਬਰ 126, ਸੁੱਖ ਲਾਡੀ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਨਾਲ ਨਾਲ ਤੁਹਾਨੂੰ ਮੈਂ ਆਨਸਰ ਦੱਸਦਾ ਜਾਊਂਗਾ ਜੀ ਸਾਰਿਆਂ ਦੇ, ਜਿਹੜੇ ਵੀ ਕੈਂਡੀਡੇਟ ਆ ਗਏ ਨੇ ਜੀ। ਪ੍ਰਿਤਪਾਲ ਸਿੰਘ ਜੀ, ਗਗਨਦੀਪ ਕੌਰ ਜੀ, ਗੁੱਡ ਈਵਨਿੰਗ ਜੀ, ਬਹੁਤ ਵਧੀਆ। ਸੁੱਖ ਲਾਡੀ ਜੀ, ਤੁਸੀਂ ਸੁਣਾਓ। ਤਾਂ ਸ਼ੁਰੂ ਕਰਦੇ ਹਾਂ ਆਪਾਂ ਮੋਕ ਟੈਸਟ ਨੰਬਰ 126। ਦੇਖੋ ਜੀ, ਫਸਟ ਕੁਸ਼ਚਨ ਹੈ। ਤਾਂ ਫਸਟ ਕੁਸ਼ਚਨ, ਸਾਰੇ ਹੀ ਕੁਸ਼ਚਨ ਮੋਸਟ ਇੰਪੋਰਟੈਂਟ ਹੈ, ਤੁਹਾਨੂੰ ਮੈਂ ਦੱਸ ਦਿਆਂ, ਸਾਰਿਆਂ ਨੇ ਜ਼ਰੂਰ ਜਵਾਬ ਦੇਣੇ ਹੈ। ਅਗਰ ਨਹੀਂ ਆਉਂਦਾ ਤਾਂ ਗੈਸ ਜ਼ਰੂਰ ਕਰਿਓ ਜੀ ਕੁਸ਼ਚਨਸ ਦਾ, ਮੋਸਟ ਇੰਪੋਰਟੈਂਟ ਹੈ, ਤਾਂ ਲਿਖ ਜ਼ਰੂਰ ਰਿਹੋ, ਭਾਵੇਂ ਇਹਨਾਂ ਦੇ ਹਿੰਟ ਲਿਖ ਲਿਓ ਨਾਲ। ਦੇਖੋ ਜੀ, ਫਸਟ ਕੁਸ਼ਚਨ ਹੈ, ਦੇਖੋ ਫਸਟ ਕੁਸ਼ਚਨ ਤਾਂ ਬਹੁਤ ਹੀ ਇੰਪੋਰਟੈਂਟ। ਡੋਡੋ ਪੰਛੀ ਅਤੇ ਲਾਲ ਪਾਂਡਾ ਨਾਮ ਦੇ ਵਿਲੁਪਤ ਜੀਵ ਕਿੱਥੇ ਪਾਏ ਜਾਂਦੇ ਆ? ਆਪਸ਼ਨ ਏ ਮੋਰੀਸ਼ਸ ਅਤੇ ਚੀਨ, ਆਪਸ਼ਨ ਬੀ ਕੈਨੇਡਾ ਅਤੇ ਬ੍ਰਾਜ਼ੀਲ, ਆਪਸ਼ਨ ਸੀ ਜਨੇਵਾ ਅਤੇ ਅਸਾਮ, ਆਪਸ਼ਨ ਡੀ ਓਟਾਵਾ ਅਤੇ ਈਰਾਨ। ਕੀ ਆਏਗਾ ਦੱਸੋ ਜੀ, ਮੋਸਟ ਇੰਪੋਰਟੈਂਟ ਕੁਸ਼ਚਨ ਹੈ। ਪ੍ਰਿਯੰਕਾ ਜੀ, ਗੁੱਡ ਈਵਨਿੰਗ ਜੀ, ਦੁਰਗਾ ਸਿੰਘ ਜੀ, ਰਜਨੀ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਤਾਂ ਡੋਡੋ ਪੰਛੀ ਅਤੇ ਲਾਲ ਪਾਂਡਾ
ਮੋਸਟ ਇੰਪੋਰਟੈਂਟ ਕੁਐਸਚਨ ਹੈ। ਦੇਖੋ ਡੋਡੋ ਪੰਛੀ ਅਤੇ ਲਾਲ ਪਾਂਡਾ ਇਹ ਕਿਹੜੀ ਥਾਂ 'ਤੇ ਪਾਏ ਜਾਂਦੇ ਵਿਲੁਪਤ ਜੀਵ? ਕੀ ਆਏਗਾ? ਆਪਸ਼ਨ ਏ, ਆਪਸ਼ਨ ਬੀ, ਆਪਸ਼ਨ ਸੀ ਜਾਂ ਡੀ? ਜਸਪ੍ਰੀਤ ਸਿੰਘ ਜੀ ਗੁੱਡ ਈਵਨਿੰਗ ਜੀ, ਤਾਂ ਜ਼ਰੂਰ ਜਿਹੜੇ ਵੀ ਕੈਂਡੀਡੇਟ ਆ ਗਏ ਨੇ ਦੱਸਿਓ ਜ਼ਰੂਰ ਕੀ ਲੱਗਦਾ ਤੁਹਾਨੂੰ, ਨਹੀਂ ਆਉਂਦਾ ਗੈਸ ਜ਼ਰੂਰ ਕਰ ਦਿਆ ਕਰੋ ਜੀ, ਤੁਹਾਨੂੰ ਯਾਦ ਰਹਿੰਦਾ। ਤਾਂ ਮੋਨਾ ਜੀ ਤੁਸੀਂ ਆਪਦੀ ਜਿਹੜੀ ਸਕਰੀਨ ਦੀ ਕੁਆਲਿਟੀ ਹੈ ਉਹਨੂੰ ਵਧਾ ਲਓ। ਤਾਂ ਰਾਈਟ ਆਪਸ਼ਨ ਮੈਂ ਤੁਹਾਨੂੰ ਦੱਸ ਦਿੰਦਾ ਜੀ, ਅੱਜ ਨਾਲ ਨਾਲ ਤੁਹਾਨੂੰ ਮੈਂ ਦੱਸਦਾ ਜਾਊਂਗਾ। ਰਾਈਟ ਆਪਸ਼ਨ, ਆਪਸ਼ਨ ਨੰਬਰ ਏ, ਮੋਰੀਸ਼ਸ ਅਤੇ ਚੀਨ। ਮੋਰੀਸ਼ਸ ਦੇ ਵਿੱਚ ਡੋਡੋ ਪੰਛੀ ਅਤੇ ਚੀਨ ਦੇ ਵਿੱਚ ਲਾਲ ਪਾਂਡਾ, ਬਿਲਕੁਲ ਰਾਈਟ ਹੈ, ਆਪਸ਼ਨ ਨੰਬਰ ਏ ਆਏਗਾ। ਜਿਹੜੇ ਵੀ ਕੈਂਡੀਡੇਟ ਦੱਸ ਰਹੇ ਆ ਜੀ ਆਪਸ਼ਨ ਨੰਬਰ ਏ, ਤਾਂ ਜੁਗਲ ਕਿਸ਼ੋਰ ਜੀ, ਰਮਨ ਜੀ ਬਹੁਤ ਬਹੁਤ ਸਵਾਗਤ ਹੈ। ਕੀ ਆਏਗਾ? ਆਪਸ਼ਨ ਨੰਬਰ ਏ, ਲਿਖਦੇ ਜਾਓ ਨਾਲ ਨਾਲ, ਮੋਸਟ ਇੰਪੋਰਟੈਂਟ ਹੈ। ਡੋਡੋ ਪੰਛੀ ਅਤੇ ਲਾਲ ਪਾਂਡਾ ਇਹ ਕਿੱਥੇ ਪਾਏ ਜਾਂਦੇ? ਆਪਸ਼ਨ ਨੰਬਰ ਏ, ਮੋਰੀਸ਼ਸ ਅਤੇ ਚੀਨ, ਯਾਦ ਰੱਖਿਓ। ਤਾਂ ਬੋਧ ਰਾਜ ਜੀ ਬਹੁਤ ਬਹੁਤ ਸਵਾਗਤ ਹੈ ਜੀ। ਨੈਕਸਟ ਕਰਦੇ ਹਾਂ ਆਪਾਂ, ਨੈਕਸਟ ਕੁਐਸਚਨ ਹੈ। ਦਵਿੰਦਰ ਜੀ ਸਤਿ ਸ਼੍ਰੀ ਅਕਾਲ ਜੀ, ਤਾਂ ਇਹ ਆਪਸ਼ਨ ਆਏਗਾ, ਇਹਨੂੰ ਯਾਦ ਰੱਖਿਓ, ਮੋਸਟ ਇੰਪੋਰਟੈਂਟ ਹੈ। ਨੈਕਸਟ ਕਰਦੇ ਹਾਂ ਆਪਾਂ, ਨੈਕਸਟ ਕੁਐਸਚਨ ਹੈ। ਦੇਖੋ ਜੀ ਨੈਕਸਟ ਕੁਐਸਚਨ ਹੈ, ਨੈਕਸਟ, ਇਹਨਾਂ ਵਿੱਚੋਂ ਕਿਹੜਾ ਤੋਤਾ ਉੱਡ ਨਹੀਂ ਸਕਦਾ? ਦੇਖੋ ਇੱਕ ਇਹੋ ਜਿਹਾ ਵੀ ਤੋਤਾ ਜਿਹੜਾ ਉੱਡ ਨਹੀਂ ਸਕਦਾ, ਤੁਸੀਂ ਇਹਦੇ ਵਿੱਚੋਂ ਦੱਸਣਾ। ਆਪਸ਼ਨ ਏ ਲੈਦਰ ਵੇਕ ਤੋਤਾ, ਆਪਸ਼ਨ ਬੀ ਹਵਾਈ ਮੋਲ ਤੋਤਾ, ਆਪਸ਼ਨ ਸੀ ਕਕਾਪੋ ਤੋਤਾ, ਆਪਸ਼ਨ ਡੀ ਅਮੂਰ ਤੋਤਾ। ਸ਼ਾਇਦ ਹੋਵੇ ਕਈ ਕੈਂਡੀਡੇਟ ਨੇ ਨਾਮ ਹੀ ਨਾ ਸੁਣੇ ਹੋਣ, ਬਟ ਇੰਪੋਰਟੈਂਟ ਹੈ ਤੋਤਾ ਨਹੀਂ ਉੱਡ ਸਕਦਾ ਇਹਦੇ ਵਿੱਚੋਂ ਕਿਹੜਾ। ਪੁਨੀਤ ਜੀ, ਪੈਰੀ ਬਰਾੜ ਜੀ, ਸੁਰਜੀਤ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਜੀ। ਕੀ ਆਏਗਾ ਇਹਨਾਂ ਵਿੱਚੋਂ ਕਿਹੜਾ ਤੋਤਾ ਨਹੀਂ ਉੱਡ ਸਕਦਾ? ਕੀ ਆਏਗਾ? ਲੈਦਰ ਵੇਕ, ਹਵਾਈ ਮੋਲ, ਕਾਪੋ ਜਾਂ ਅਮੂਰ? ਕੀ ਆਏਗਾ ਇਹਨਾਂ ਵਿੱਚੋਂ ਕਿਹੜਾ ਤੋਤਾ ਨਹੀਂ ਉੱਡ ਸਕਦਾ? ਲਿਖਦੇ ਜਾਇਓ, ਕੁਐਸਚਨ ਇੰਪੋਰਟੈਂਟ ਹੈ। ਬਹੁਤ ਸੇ ਕੈਂਡੀਡੇਟ ਸੀ ਵੱਲ ਜਾ ਰਹੇ ਨੇ, ਇੱਕ ਦੋ ਕੈਂਡੀਡੇਟ ਏ ਵੱਲ ਜੀ। ਅਮਨਦੀਪ ਜੀ ਨਮਸਤੇ ਜੀ, ਕੀ ਆਏਗਾ ਜੀ? ਤਾਂ ਇਹਨਾਂ ਵਿੱਚੋਂ ਕਿਹੜਾ ਤੋਤਾ ਨਹੀਂ ਉੱਡ ਸਕਦਾ? ਰਾਈਟ ਆਪਸ਼ਨ ਹੈ ਆਪਸ਼ਨ ਨੰਬਰ ਸੀ, ਕਾਪੋ ਤੋਤਾ। ਸੀ ਬਿਲਕੁਲ ਰਾਈਟ ਹੈ ਜਿਹੜੇ ਵੀ ਕੈਂਡੀਡੇਟ ਦੱਸ ਰਹੇ ਹੈ। ਤਾਂ ਇੰਪੋਰਟੈਂਟ ਕੁਐਸਚਨ ਹੈ, ਸੀ ਆਏਗਾ, ਕਾਪੋ ਤੋਤਾ, ਇਹ ਯਾਦ ਰੱਖਿਓ। ਤਾਂ ਬਿਲਕੁਲ ਸੀ ਆਪਸ਼ਨ ਬਿਲਕੁਲ ਰਾਈਟ ਹੈ ਜਿਹੜੇ ਵੀ ਕੈਂਡੀਡੇਟ ਨੇ ਦੱਸਿਆ। ਬਹੁਤ ਵਧੀਆ ਜੋ ਜੀ, ਬਹੁਤ ਬਹੁਤ ਸਵਾਗਤ ਹੈ। ਸਰਗੁਣ ਕੌਰ ਜੀ, ਵਿਲੁਪਤ ਮੀਨਸ ਜਿਹੜੇ ਮਤਲਬ ਜਿਨ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ ਘੱਟ ਰਹੀ ਹੋਵੇ, ਇੱਕ ਹਿਸਾਬ ਨਾਲ ਖਤਮ, ਤਾਂ ਕੀ ਆਏਗਾ? ਸੀ ਆਪਸ਼ਨ ਆਏਗਾ, ਯਾਦ ਰੱਖਿਓ, ਕਾਪੋ ਤੋਤਾ। ਵੈਸੇ ਬਹੁਤ ਸੇ ਕੈਂਡੀਡੇਟ ਦਾ ਰਾਈਟ ਸੀ, ਯਾਦ ਰੱਖਿਓ ਜੀ ਆਪਸ਼ਨ ਨੰਬਰ ਸੀ ਆਏਗਾ। ਨੈਕਸਟ ਕਰਦੇ ਹਾਂ ਆਪਾਂ, ਨੈਕਸਟ ਕੁਐਸਚਨ ਹੈ, ਤੁਹਾਨੂੰ ਮੈਂ ਕਿਹਾ ਵੈਰੀ ਇੰਪੋਰਟੈਂਟ ਹੈ ਜੀ ਸਾਰੇ ਕੁਐਸਚਨ। ਨੈਕਸਟ ਕੁਐਸਚਨ ਹੈ, ਦੇਖੋ ਘੜਿਆਲ ਪਰਿਯੋਜਨਾ ਸਭ ਤੋਂ ਪਹਿਲਾਂ ਕਿਹੜੇ ਰਾਜ ਵਿੱਚ ਚਲਾਈ ਗਈ? ਘੜਿਆਲ ਇੱਕ ਦਿਨ ਤੁਹਾਨੂੰ ਮੈਂ ਦੱਸਿਆ ਵੀ ਸੀ, ਜੋ ਕਿ ਮਗਰਮੱਛ ਦੀ ਅੱਗੋਂ ਪ੍ਰਜਾਤੀ ਹੈ। ਤਾਂ ਆਪਸ਼ਨ ਏ ਉੱਤਰ ਪ੍ਰਦੇਸ਼, ਆਪਸ਼ਨ ਬੀ ਉੜੀਸਾ, ਆਪਸ਼ਨ ਸੀ ਹਰਿਆਣਾ, ਆਪਸ਼ਨ ਡੀ ਅਸਾਮ। ਘੜਿਆਲ ਪਰਿਯੋਜਨਾ ਸਭ ਤੋਂ ਪਹਿਲਾਂ ਕਿਹੜੇ ਰਾਜ ਵਿੱਚ ਚਲਾਈ ਗਈ? ਤਾਂ ਕਿਹੜਾ ਰਾਜ ਹੈ ਜਿਹਦੇ ਵਿੱਚ ਸਭ ਤੋਂ ਪਹਿਲਾਂ ਘੜਿਆਲ ਪਰਿਯੋਜਨਾ ਚਲਾਈ ਗਈ ਸੀ? ਉਹਨਾਂ ਨੂੰ ਬਚਾਉਣ ਵਾਸਤੇ, ਉਹਨਾਂ ਨੂੰ ਸੁਰੱਖਿਅਤ ਰੱਖਣ ਵਾਸਤੇ? ਕੀ ਆਏਗਾ? ਧਰਮਿੰਦਰ ਜੀ, ਨਿਸ਼ੂ ਜੀ, ਸਰਗੁਣ ਜੀ ਬੀ ਦੱਸ ਰਹੇ ਹੈ, ਅਨੁਰਾਧਾ ਜੀ ਇਹ ਦੱਸ ਰਹੇ ਹੈ। ਆਪਦਾ ਆਨਸਰ ਦਿਆ ਕਰੋ ਸਾਰੇ ਕੈਂਡੀਡੇਟ, ਇਹ ਨਾ ਸੋਚਿਆ ਕਰੋ ਕਿ ਬਾਕੀਆਂ ਨੇ ਬੀ ਕਿਹਾ ਅਸੀਂ ਬੀ ਕਹਿਣਾ, ਜੋ ਤੁਹਾਨੂੰ ਲੱਗਦਾ। ਜੇ ਤਾਂ ਐਗਜੈਕਟ ਪਤਾ ਤਾਂ ਜ਼ਰੂਰ, ਅਗਰ ਨਹੀਂ ਪਤਾ ਤਾਂ ਆਪਦਾ ਆਨਸਰ, ਜੋ ਤੁਹਾਡਾ ਦਿਮਾਗ ਕਹਿ ਰਿਹਾ ਕੀ ਲੱਗਦਾ। ਕਿਉਂਕਿ ਇਹ ਕੁਐਸਚਨ ਜਿਹੜਾ ਪੁੱਛਿਆ ਜਾਂਦਾ ਕਿ ਕਿਹੜੀ ਪਰਿਯੋਜਨਾ ਮਤਲਬ ਕਿਹਦੇ ਨਾਲ ਰਿਲੇਟਡ ਹੈ ਅਤੇ ਕਿਹੜੇ ਸਟੇਟ ਦੀ ਹੈ, ਤਾਂ ਦੱਸੋ ਜੀ ਘੜਿਆਲ ਪਰਿਯੋਜਨਾ ਸਭ ਤੋਂ ਪਹਿਲਾਂ ਕਿਹੜੇ ਰਾਜ ਵਿੱਚ ਚਲਾਈ ਗਈ? ਰਾਈਟ ਆਪਸ਼ਨ ਆਪਸ਼ਨ ਨੰਬਰ ਬੀ ਉੜੀਸਾ।
ਤਾਂ ਉੜੀਸਾ ਬਿਲਕੁਲ ਰਾਈਟ ਆਪਸ਼ਨ ਹੈ, ਆਪਸ਼ਨ ਨੰਬਰ ਬੀ ਤਾਂ ਬਿਲਕੁਲ ਰਾਈਟ ਆਏਗਾ ਜੀ, ਆਪਸ਼ਨ ਨੰਬਰ ਬੀ ਤਾਂ ਜਿਹੜੇ ਵੀ ਕੈਂਡੀਡੇਟ ਦੱਸ ਰਹੇ ਆ ਬੀ ਆਪਸ਼ਨ ਆਏਗਾ ਬਿਲਕੁਲ ਰਾਈਟ। ਤਾਂ ਕੀ ਆਏਗਾ ਉੜੀਸਾ ਤਾਂ ਬਿਲਕੁਲ ਰਾਈਟ ਦੱਸ ਰਹੇ ਹੋ ਜੀ ਜਿਹੜੇ ਵੀ ਕੈਂਡੀਡੇਟ ਦੱਸ ਰਹੇ ਆ ਆਪਸ਼ਨ ਨੰਬਰ ਬੀ। ਤਾਂ ਨੈਕਸਟ ਕਰਦੇ ਹਾਂ ਆਪਾਂ, ਨੈਕਸਟ ਕੁਐਸਚਨ ਹੈ ਬਲਵੰਤ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਜੀ। ਨੈਕਸਟ ਹੈ ਦੇਖੋ ਆਹ ਜਿਹੜਾ ਰਾਸ਼ਟਰੀ ਪਾਰਕ ਦਾ ਨਾਮ ਹੈ ਗੁੱਡੀ ਕਹਿ ਲਓ ਗੁੰਡੀ ਕਹਿ ਲਓ, ਤਾਂ ਦੇਖੋ ਇਹ ਘੜਿਆਲ ਨਾਲ ਰਿਲੇਟਡ ਹੈ, ਮਤਲਬ ਇੱਥੇ ਜਿਹੜੇ ਘੜਿਆਲ ਪਾਏ ਜਾਂਦੇ ਹੈ ਇਹ ਨੈਸ਼ਨਲ ਪਾਰਕ 'ਚ। ਦੱਸਣਾ ਕਿ ਗੁੱਡੀ ਜਾਂ ਗੁੰਡੀ ਰਾਸ਼ਟਰੀ ਪਾਰਕ ਇਹ ਕਿੱਥੇ ਹੈ, ਆਪਸ਼ਨ ਏ ਰਾਜਸਥਾਨ, ਆਪਸ਼ਨ ਬੀ ਉੜੀਸਾ, ਆਪਸ਼ਨ ਸੀ ਤਮਿਲਨਾਡੂ, ਆਪਸ਼ਨ ਡੀ ਜੰਮੂ ਅਤੇ ਕਸ਼ਮੀਰ। ਬਹੁਤ ਵਧੀਆ ਮੁਸਕਾਨ ਜੀ, ਤੁਸੀਂ ਸੁਣਾਓ, ਬਹੁਤ ਵਧੀਆ, ਕੀ ਆਏਗਾ, ਇਹ ਹੈ ਕਿੱਥੇ ਰਾਸ਼ਟਰੀ ਪਾਰਕ, ਇਹ ਇੰਪੋਰਟੈਂਟ ਬਣ ਜਾਂਦਾ ਕਿਉਂਕਿ ਜਿਹੜਾ ਕੁਸ਼ਚਨ ਉਹਦੇ ਨਾਲ ਜੋ ਇੰਪੋਰਟੈਂਟ ਕੁਸ਼ਚਨ ਹੁੰਦੇ ਹੈ ਉਹ ਆਪਾਂ ਕਰਨੇ ਹੈ। ਕੀ ਆਏਗਾ ਕੁਸ਼ਚਨ, ਸਾਰੀ ਇੰਪੋਰਟੈਂਟ ਹੈ, ਮੋਸਟ ਇੰਪੋਰਟੈਂਟ ਹੈ, ਤਾਂ ਪਿਛਲੇ ਮੋਕ ਟੈਸਟ ਵੀ ਦੇਖਦੇ ਰਿਹਾ ਕਰੋ ਜੀ। ਤਾਂ ਕਿੱਥੇ ਆਏ ਗੁੱਡੀ ਜਾਂ ਗੁੰਡੀ ਰਾਸ਼ਟਰੀ ਪਾਰਕ, ਕੀ ਆਏਗਾ ਰਾਜਸਥਾਨ 'ਚ, ਉੜੀਸਾ 'ਚ, ਤਮਿਲ ਜਾਂ ਜੰਮੂ ਕਸ਼ਮੀਰ। ਰਾਈਟ ਆਪਸ਼ਨ ਜਿਹੜੇ ਵੀ ਕੈਂਡੀਡੇਟ ਕਹਿ ਰਹੇ ਆ ਆਪਸ਼ਨ ਨੰਬਰ ਕੀ ਆਏਗਾ ਸੀ ਤਮਿਲਨਾਡੂ। ਤਾਂ ਕਿੱਥੇ ਪਾਇਆ, ਕਿੱਥੇ ਹੈ ਰਾਸ਼ਟਰੀ ਪਾਰਕ, ਤਮਿਲਨਾਡੂ ਦੇ ਵਿੱਚ। ਤਾਂ ਯਾਦ ਰੱਖਿਓ ਤਮਿਲ ਆਏਗਾ ਕਿਉਂਕਿ ਬਹੁਤ ਸੇ ਕੈਂਡੀਡੇਟ ਮੈਂ ਦੇਖ ਰਿਹਾ ਜੀ ਉੜੀਸਾ ਕਹਿ ਰਹੇ ਨਹੀਂ, ਤਾਂ ਕੀ ਆਏਗਾ ਤਮਿਲ, ਤਮਿਲਨਾਡੂ ਆਏਗਾ। ਇਹ ਜਿਹੜਾ ਰਾਸ਼ਟਰੀ ਪਾਰਕ ਹੈ ਇਹ ਤਮਿਲ ਦੇ ਵਿੱਚ ਹੈ, ਤਾਂ ਬਿਲਕੁਲ ਆਪਸ਼ਨ ਨੰਬਰ ਕੀ ਆਏਗਾ ਤਮਿਲ। ਇਹ ਨਾ ਸੋਚਿਓ ਕਿਉਂਕਿ ਇਹ ਜਿਹੜਾ ਇੰਪੋਰਟੈਂਟ ਜਿਹੜਾ ਰਾਸ਼ਟਰੀ ਪਾਰਕ ਹੈ ਤਾਂ ਇਹ ਤਮਿਲ ਦੇ ਵਿੱਚ ਹੈ, ਤਾਂ ਬਹੁਤ ਵੱਡਾ ਜਿਹੜਾ ਰਾਸ਼ਟਰੀ ਪਾਰਕ ਹੈ ਇਹ ਤਾਂ ਤਮਿਲਨਾਡੂ ਦੇ ਵਿੱਚ। ਇਹਦਾ ਨਾਮ ਯਾਦ ਰੱਖਿਓ, ਨਾਮ ਇਹਦਾ ਬੜਾ ਕਿਉਂਕਿ ਯਾਦ ਵੀ ਆਪਾਂ ਰੱਖ ਸਕਦੇ ਹਾਂ, ਕੋਈ ਜ਼ਿਆਦਾ ਔਖਾ ਨਹੀਂ ਹੈ ਬਟ ਇੰਪੋਰਟੈਂਟ ਹੈ। ਨੈਕਸਟ ਕਰਦੇ ਹਾਂ, ਗੁਰਦੀਪ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ, ਨੈਕਸਟ ਕਰਦੇ ਹਾਂ ਜੀ ਆਪਾਂ। ਤਾਂ ਨੈਕਸਟ ਕੁਐਸਚਨ ਜਿਹਨਾਂ ਦਾ ਰੋਂਗ ਹੋ ਗਿਆ ਜੀ, ਜ਼ਰੂਰ ਹੱਸਦੇ ਰਿਹਾ ਕਰੋ, ਹੋ ਜਾਂਦੇ ਹੋ, ਮੈਂ ਤੁਹਾਨੂੰ ਰੋਜ਼ ਕਹਿੰਦਾ ਰੋਂਗ ਹੁੰਦੇ ਆ। ਤਾਂ ਨੈਕਸਟ ਕਰਦੇ ਹਾਂ ਆਪਾਂ, ਤਮਿਲਨਾਡੂ ਦੇ ਵਿੱਚ ਹੈ। ਨੈਕਸਟ ਹੈ ਦੇਖੋ ਜੀ, ਨੈਕਸਟ ਕੁਐਸਚਨ, ਮੈਤਰੀ ਅੰਦੋਲਨ ਉੱਤਰਾਖੰਡ ਦੇ ਵਿੱਚ ਕਦੋਂ ਚਲਾਇਆ ਗਿਆ, ਮੈਤਰੀ ਅੰਦੋਲਨ ਚਲਾਇਆ ਕਿਉਂ ਗਿਆ ਸੀ ਜਿਹੜੇ ਦਰੱਖਤਾਂ ਨੂੰ ਲਗਾਉਣ ਵਾਸਤੇ, ਕਿਉਂਕਿ ਸਭ ਤੋਂ ਇੰਪੋਰਟੈਂਟ ਤੁਹਾਨੂੰ ਪਤਾ ਹੀ ਹੈ ਚਿਪਕੋ ਅੰਦੋਲਨ ਹੈ, ਪਰ ਇੱਕ ਮੈਤਰੀ ਅੰਦੋਲਨ ਵੀ ਜੋ ਉੱਤਰਾਖੰਡ ਦੇ ਵਿੱਚ ਚਲਾਇਆ ਗਿਆ ਸੀ ਤਾਂ ਉਹ ਵੀ ਬੜਾ ਇੰਪੋਰਟੈਂਟ ਹੈ, ਯਾਦ ਰੱਖਣਾ ਤੁਸੀਂ ਕਦੋਂ ਚਲਾਇਆ ਗਿਆ, ਦਰੱਖਤਾਂ ਨਾਲ ਰਿਲੇਟਡ ਹੈ, ਵਰਿਕਸ਼ ਦੇ ਨਾਲ ਰਿਲੇਟਡ ਹੈ, ਇੰਪੋਰਟੈਂਟ ਹੈ। ਨੈਕਸਟ ਆਪਸ਼ਨ ਏ 1990, ਆਪਸ਼ਨ ਬੀ 1992, ਆਪਸ਼ਨ ਸੀ 1994, ਆਪਸ਼ਨ ਡੀ 1995। ਤਾਂ ਮੈਤਰੀ ਅੰਦੋਲਨ ਹੈ ਜਿਹੜਾ ਉੱਤਰਾਖੰਡ ਦੇ ਵਿੱਚ, ਇਹ ਜ਼ਰੂਰ ਯਾਦ ਰੱਖਿਓ ਕਿ ਚਲਾਇਆ ਕਿੱਥੇ ਗਿਆ ਉੱਤਰਾਖੰਡ 'ਚ ਮੈਤਰੀ ਅੰਦੋਲਨ, ਕਿਹੜਾ ਮਤਲਬ ਈਅਰ ਕਿਹੜਾ ਸੀ, ਆਪਸ਼ਨ ਏ, ਆਪਸ਼ਨ ਬੀ, ਸੀ ਜਾਂ ਡੀ। ਪ੍ਰਿਆ ਅਰੋੜਾ ਜੀ ਗੁੱਡ ਈਵਨਿੰਗ ਜੀ, ਕਿੱਥੇ ਚਲਾਇਆ ਗਿਆ ਮਤਲਬ ਕਦੋਂ ਚਲਾਇਆ ਗਿਆ ਸੀ ਮੈਤਰੀ ਅੰਦੋਲਨ, ਤਾਂ ਕੀ ਆਏਗਾ ਦੱਸੋ ਜੀ, ਏ ਬੀ ਸੀ ਡੀ ਸਾਰੇ ਕੈਂਡੀਡੇਟ ਜ਼ਰੂਰ ਜਵਾਬ ਦਿਆ ਕਰੋ, ਰੁਕਿਆ ਨਾ ਕਰੋ ਜੀ। ਦੱਸੋ ਕੀ ਆਏਗਾ ਰਾਈਟ ਆਪਸ਼ਨ ਆਏਗੀ, ਜਿਹੜੇ ਵੀ ਕੈਂਡੀਡੇਟ ਦੱਸ ਰਹੇ ਜ਼ਰੂਰ ਦੱਸੋ ਜੀ, ਰਾਈਟ ਆਪਸ਼ਨ ਆਏਗੀ ਆਪਸ਼ਨ ਨੰਬਰ ਡੀ 1995। ਤਾਂ ਮੈਤਰੀ ਅੰਦੋਲਨ ਜੋ ਦਰੱਖਤਾਂ ਨੂੰ ਲੈ ਕੇ, ਜੋ ਵਰਿਕਸ਼ ਨੂੰ ਲੈ ਕੇ ਚਲਾਇਆ ਗਿਆ ਉਹ 1995 ਦੇ ਵਿੱਚ ਚਲਾਇਆ ਗਿਆ, ਤਾਂ ਬਿਲਕੁਲ ਰਾਈਟ ਹੈ 1995, ਤਾਂ 1995 ਬਿਲਕੁਲ ਰਾਈਟ ਆਪਸ਼ਨ ਹੈ ਆਪਸ਼ਨ ਨੰਬਰ ਡੀ। ਤਾਂ ਯਾਦ ਰੱਖਿਓ ਕੁਸ਼ਚਨ ਇੰਪੋਰਟੈਂਟ ਹੈ ਬਟ ਹੈ ਸਿੰਪਲ, ਬਸ ਇੰਨਾ ਕੀ ਯਾਦ ਰੱਖਣਾ ਕਿ ਮੈਤਰੀ ਅੰਦੋਲਨ ਉੱਤਰਾਖੰਡ 'ਚ ਚੱਲਿਆ ਅਤੇ 1995 'ਚ ਚੱਲਿਆ, ਬਸ। ਮੈਂ ਤੁਹਾਨੂੰ ਕਿਹਾ ਕੁਸ਼ਚਨ ਸਾਰੀ ਥੋੜ੍ਹੇ ਥੋੜ੍ਹੇ ਔਖੇ ਹੈ, ਟਿਪੀਕਲ ਹੈ, ਯਾਦ ਰੱਖਣੇ ਹੈ, ਹਿੰਟ ਲਿਖਦੇ ਜਾਓ, ਕਿਉਂਕਿ ਮੈਂ ਮੋਕ ਟੈਸਟ ਤੋਂ ਪਹਿਲਾਂ ਹੀ ਤੁਹਾਨੂੰ ਕਹਿ ਕੇ ਹਟਿਆ ਕਿ ਥੋੜ੍ਹੇ ਜਿਹੇ ਟਿਪੀਕਲ ਕੁਸ਼ਚਨ ਹੈ, ਥੋੜ੍ਹੇ ਜਿਹੇ ਔਖੇ ਕੁਸ਼ਚਨ ਹੈ, ਜਿਵੇਂ ਜਿਵੇਂ ਅੱਗੇ ਚੱਲਾਂਗੇ ਜੀ ਥੋੜ੍ਹੇ ਥੋੜ੍ਹੇ ਟਿਪੀਕਲ ਹੁੰਦੇ ਜਾਂਦੇ ਆ ਕੁਸ਼ਚਨ। ਨੈਕਸਟ ਦੇਖੋ, ਨੈਕਸਟ ਕੁਸ਼ਚਨ ਮੋਸਟ ਇੰਪੋਰਟੈਂਟ ਹੈ ਬਟ ਹੈ ਸਿੰਪਲ।
ਤਾਰੇ ਨੂੰ ਬਾਲਾ ਜੀ ਬਹੁਤ ਬਹੁਤ ਸਵਾਗਤ ਹੈ ਜੀ। ਦੇਖੋ ਜੀ ਨੈਕਸਟ ਕੁਸ਼ਚਨ ਹੈ ਕਿ ਕਿਸ ਸੰਮੇਲਨ ਵਿੱਚ ਤਿੰਨ ਪ੍ਰਮੁੱਖ ਗਰੀਨ ਹਾਊਸ ਗੈਸਾਂ ਕਾਰਬਨ ਡਾਈਆਕਸਾਈਡ, ਮਿਥੇਨ ਅਤੇ ਨਾਈਟਰਸ ਆਕਸਾਈਡ, ਇਹ ਤਿੰਨ ਪ੍ਰਮੁੱਖ ਗਰੀਨ ਹਾਊਸ ਗੈਸਾਂ ਨੂੰ ਘੱਟ ਕਰਨ ਦਾ ਨਿਰਣਾ ਲਿਆ ਗਿਆ ਸੀ। ਆਪਸ਼ਨ ਏ ਸਟਾਕਹੋਮ ਸੰਮੇਲਨ, ਆਪਸ਼ਨ ਬੀ ਜੌਨਸਬਰਗ ਸੰਮੇਲਨ, ਆਪਸ਼ਨ ਸੀ ਕਿਓਟੋ ਸੰਮੇਲਨ, ਆਪਸ਼ਨ ਡੀ ਲੰਡਨ ਸੰਮੇਲਨ। ਕਾਂਤਾ ਰਾਣੀ ਜੀ ਗੁੱਡ ਈਵਨਿੰਗ ਜੀ, ਦੱਸੋ ਜੀ ਕਿਸ ਸੰਮੇਲਨ ਵਿੱਚ ਤਿੰਨ ਪ੍ਰਮੁੱਖ ਗਰੀਨ ਹਾਊਸ ਗੈਸਾਂ ਨੂੰ ਘੱਟ ਕਰਨ ਦਾ ਨਿਰਣਾ ਕੀਤਾ ਗਿਆ ਸੀ? ਕੀ ਹੈਗਾ, ਸਟਾਕਹੋਮ, ਜੌਨਸਬਰਗ, ਕਿਓਟੋ ਜਾਂ ਲੰਡਨ? ਤਾਂ ਇਹ ਕੁਸ਼ਚਨ ਨੂੰ ਸਹੀ ਦੇਖਦੇ ਹਾਂ ਜੀ ਕਿੰਨੇ ਜਣੇ ਕਰਦੇ ਹੈ। ਮੋਸਟ ਇੰਪੋਰਟੈਂਟ ਹੈ ਬਟ ਇੰਪੋਰਟੈਂਟ ਹੈ। ਦੱਸੋ ਜੀ ਕੀ ਆਏਗਾ, ਦੇਖਦੇ ਹਾਂ ਕਿ ਇਸ ਕੁਸ਼ਚਨ ਨੂੰ ਸਹੀ ਕਿੰਨੇ ਜਣੇ ਕਰਦੇ ਹੈ। ਰਾਈਟ ਆਪਸ਼ਨ, ਆਪਸ਼ਨ ਨੰਬਰ, ਜਿਹੜੇ ਵੀ ਕੈਂਡੀਡੇਟ ਨੇ ਖਾਸ ਇਹਦਾ ਆਨਸਰ ਦਿੱਤਾ ਹੋਵੇ ਉਹ ਖਾਸ ਹੀ ਕਮੈਂਟ ਕਰਕੇ ਮੈਨੂੰ ਦੱਸਿਓ ਕਿ ਸਰ ਮੇਰਾ ਸਹੀ ਹੈ। ਤਾਂ ਰਾਈਟ ਆਪਸ਼ਨ ਹੈ ਜਿਹੜੇ ਵੀ ਕੈਂਡੀਡੇਟ ਦੱਸ ਰਹੇ, ਆਪਸ਼ਨ ਨੰਬਰ ਸੀ ਕਿਓਟੋ ਸੰਮੇਲਨ। ਕੀ ਆਏਗਾ, ਸੀ ਕਿਓਟੋ ਸੰਮੇਲਨ। ਤਾਂ ਖਾਸ ਉਹ ਕੈਂਡੀਡੇਟ ਮੈਨੂੰ ਜ਼ਰੂਰ ਦੱਸਣ ਜਿਨ੍ਹਾਂ ਨੇ ਸਹੀ ਦੱਸਿਆ। ਕੀ ਆਏਗਾ, ਕਿਓਟੋ ਕਿੱਥੇ ਹੈ, ਜਪਾਨ ਦੇ ਵਿੱਚ। ਤਾਂ ਉਹ ਸੰਮੇਲਨ ਸੀ ਕਿਓਟੋ ਇਨ ਜਪਾਨ, ਜਿੱਥੇ ਗ੍ਰੀਨ ਹਾਊਸ ਗੈਸਾਂ ਨੂੰ ਘੱਟ ਕਰਨ ਦਾ ਨਿਰਣਾ ਕੀਤਾ ਗਿਆ ਸੀ। ਬਿਲਕੁਲ ਰਾਈਟ ਆਪਸ਼ਨ ਨੰਬਰ ਸੀ। ਤਾਂ ਬਹੁਤ ਵਧੀਆ ਜੀ, ਸੀ ਆਪਸ਼ਨ ਜਿਨ੍ਹਾਂ ਨੇ ਦੱਸਿਆ। ਨੈਕਸਟ ਕਰਦੇ ਹਾਂ, ਬਹੁਤ ਵਧੀਆ ਅਨੁਰਾਧਾ ਜੀ, ਗੁਰਪ੍ਰੀਤ ਜੀ ਕਹਿ ਰਹੇ ਨੇ ਰਾਈਟ, ਬਹੁਤ ਵਧੀਆ ਆਪਸ਼ਨ ਨੰਬਰ ਸੀ। ਤਾਂ ਨੈਕਸਟ ਕਰਦੇ, ਮੋਸਟ ਇੰਪੋਰਟੈਂਟ ਹੈ, ਇਹ ਤਾਂ ਖਾਸ ਹੀ ਯਾਦ ਰੱਖਿਓ, ਕਿਉਂਕਿ ਜਿਹੜੇ ਸੰਮੇਲਨ ਹੁੰਦੇ ਆ ਇਹਨਾਂ ਦੇ ਚਾਂਸਿਸ ਬੜੇ ਹੁੰਦੇ ਆ ਕਿ ਇਹ ਪੁੱਛੇ ਜਾਣ, ਕਿਉਂਕਿ ਯਾਦ ਨਹੀਂ ਰਹਿੰਦੇ ਆਪਾਂ ਨੂੰ। ਓਕੇ ਓਕੇ ਰਾਹੁਲ ਜੀ, ਤੁਸੀਂ ਦੇਖ ਲਿਆ ਕਰੋ ਮੁੱਕ ਟੈਸਟ ਨੂੰ। ਨੈਕਸਟ ਹੈ ਡਬਲਿਊ ਐੱਮ ਓ ਦੀ ਫੁੱਲ ਫੋਰਮ ਕੀ ਹੈ? ਆਪਸ਼ਨ ਏ ਵਰਲਡ ਮੈਟਰੋਲੋਜੀਕਲ ਔਰਗਨਾਈਜੇਸ਼ਨ, ਆਪਸ਼ਨ ਬੀ ਵਰਲਡ ਮੈਟਰੋਲੋਜੀਕਲ ਔਰਗਨਾਈਜੇਸ਼ਨ, ਆਪਸ਼ਨ ਸੀ ਵਰਲਡ ਮੈਟਰੋ ਔਰਗਨਾਈਜੇਸ਼ਨ, ਆਪਸ਼ਨ ਡੀ ਵਰਲਡ ਮੈਥਾਮੈਟੀਕਲ ਔਰਗਨਾਈਜੇਸ਼ਨ। ਡਬਲਿਊ ਐੱਮ ਓ ਦੀ ਫੁੱਲ ਫੋਰਮ, ਕੀ ਆਏਗਾ, ਆਪਸ਼ਨ ਏ ਬੀ ਸੀ ਜਾਂ ਡੀ, ਦੱਸੋ ਜੀ। ਵਰਲਡ ਏ ਅਤੇ ਬੀ ਦੇ ਵਿੱਚ ਜਿਹੜਾ ਵਰਲਡ ਪਾਇਆ ਉਹ ਸਪੈਲਿੰਗਸ ਨੂੰ ਦੇਖ ਲੈਣਾ। ਵੱਟੀ ਜੀ ਬਹੁਤ ਬਹੁਤ ਸਵਾਗਤ ਹੈ ਜੀ, ਕੀ ਹਾਲ ਚਾਲ ਹੈ ਵੱਟੀ ਜੀ? ਡਬਲਿਊ ਐੱਮ ਓ ਦੀ ਫੁੱਲ ਫੋਰਮ ਕੀ ਹੈ? ਰਾਈਟ ਆਪਸ਼ਨ ਆਪਸ਼ਨ ਨੰਬਰ ਬੀ ਵਰਲਡ ਮੈਟਰੋਲੋਜੀਕਲ ਔਰਗਨਾਈਜੇਸ਼ਨ। ਬਸ ਏ ਅਤੇ ਬੀ ਦੇ ਵਿੱਚ ਸਿਰਫ ਸਪੈਲਿੰਗ ਦੀ ਵਰਲਡ ਦੀ ਮਿਸਟੇਕ ਹੈ, ਐੱਲ ਨਹੀਂ ਪਾਈ, ਤਾਂ ਬੀ ਆਪਸ਼ਨ ਆਏਗਾ। ਦੇਖ ਲਿਆ ਕਰੋ ਜੀ, ਬੀ ਆਪਸ਼ਨ ਆਏਗਾ। ਡਬਲਿਊ ਐੱਮ ਓ ਦੀ ਫੁੱਲ ਫੋਰਮ ਕੀ ਹੈ? ਵਰਲਡ ਮੈਟਰੋਲੋਜੀਕਲ ਔਰਗਨਾਈਜੇਸ਼ਨ, ਤਾਂ ਆਪਸ਼ਨ ਨੰਬਰ ਬੀ। ਰਾਹੁਲ ਜੀ ਤੁਸੀਂ ਦੇਖਦੇ ਰਿਹਾ ਕਰੋ ਮੋਕ ਟੈਸਟ ਨੂੰ, ਇਹਦੇ ਵਿੱਚ ਜਿਹੜੀ ਪੰਜਾਬੀ ਵੀ ਹੁੰਦੀ ਹੈ। ਤਾਂ ਬਿਲਕੁਲ ਆਪਸ਼ਨ ਬੀ ਆਏਗਾ ਜੀ, ਵੈਰੀ ਵੈਰੀ ਮੋਸਟ। ਨੈਕਸਟ ਕਰਦੇ ਹਾਂ ਆਪਾਂ, ਦੇਖੋ ਜੀ ਨੈਕਸਟ ਕੁਸ਼ਚਨ, ਨੈਕਸਟ ਉਦੋਂ ਵੀ ਘੈਂਟ ਕੁਸ਼ਚਨ ਹੈ। ਦੇਖੋ ਕੁਸ਼ਚਨ ਸਾਰੇ ਇੰਪੋਰਟੈਂਟ ਹੁੰਦੇ ਆ, ਮੋਸਟ ਇੰਪੋਰਟੈਂਟ, ਅਲੱਗ ਜਿਹੇ ਤਰ੍ਹਾਂ ਦੇ ਕੁਸ਼ਚਨ ਹੁੰਦੇ ਆ। ਨੈਕਸਟ ਜੀ, ਕਾਰਬਨ ਟੈਕਸ ਜੋ ਕਿ ਕਾਰਬਨ ਡਾਈਆਕਸਾਈਡ ਦੇ ਉਤਸਰਜਨ 'ਤੇ ਲਗਾਇਆ ਗਿਆ, ਯਾਦ ਰੱਖਿਓ ਕੀ ਹੈ, ਕਾਰਬਨ ਟੈਕਸ ਜੋ ਕਾਰਬਨ ਡਾਈਆਕਸਾਈਡ ਦੇ ਉਤਸਰਜਨ 'ਤੇ ਲਗਾਇਆ ਗਿਆ, 10 ਸਤੰਬਰ 2009 ਨੂੰ ਕਿਸ ਦੇਸ਼ ਨੇ ਇਸ ਦੀ ਘੋਸ਼ਣਾ ਕੀਤੀ? ਆਪਸ਼ਨ ਏ ਅਮੈਰੀਕਾ,
ऑप्शन बी चीन, ऑप्शन सी फ्रांस, ऑप्शन डी कनाडा। ते कार्बन टैक्स जो कार्बन डाइऑक्साइड के उत्सर्जन ते लगता है, डेट याद रखियो 10 सितंबर 2009। किस देश ने घोषणा की थी? आएगा ऑप्शन ए, ऑप्शन बी, ऑप्शन सी, ऑप्शन डी। की आएगा जरा? कार्बन टैक्स है राइट ऑप्शन, है ऑप्शन नंबर। जिड़े भी कैंडिडेट दस रहे, राकेश कुमार जी बहुत बहुत स्वागत है जी, राइट आ जाए करो 9 बजे। तो ऑप्शन नंबर की आएगा सी फ्रांस। की आएगा फ्रांस। मैं देख रहे हैं बहुत से कैंडिडेट ने सी दसिया, कुछ कु एक दो कैंडिडेट्स का ए बी जो आंसर से वो गलत होया। सी इज द राइट ऑप्शन, फ्रांस। तो फ्रांस राइट है, बट डेट नू याद रखियो खास करके 10 सितंबर 2009। हुण 19 चल रही है, अज तो पिछे चले जाओ 10 साल, 10 सितंबर 2009। नेक्स्ट करते हैं आप, बहुत वधिया जिन्होंने भी दस्या सी ऑप्शन। नेक्स्ट है तो बिल्कुल ऑप्शन नंबर सी। राजदीप कौर जी बहुत बहुत स्वागत है जी। नेक्स्ट करते हैं, नेक्स्ट क्वेश्चन है 22 अप्रैल नू की मनाया जाता है? 22 अप्रैल नू की मनाया जाता है? मैं लगता अप्रैल महीना ही है ना, अप्रैल महीना ही चल रहा है, तो 22 अप्रैल नू की मनाया जाता है? विश्व ओजोन दिवस, विश्व पानी दिवस, विश्व धरती दिवस, विश्व दरख्त दिवस। तो 22 अप्रैल नू की मनाया जाता है? की आएगा दसो जी? 22 अप्रैल नू की मनाया जाता है? ए बी सी या डी? की मनाया जाता है? देखते हैं जी किन्ने कु कैंडिडेट इस क्वेश्चन को सही कर पाते हैं। 22 अप्रैल नू की मनाया जाता है? बहुत से कैंडिडेट ए वल जा रहे हैं, कुछ कु सी कह रहे हैं। राइट ऑप्शन ऑप्शन नंबर सी, विश्व धरती दिवस, अर्थ डे। तो अर्थ डे तो इंपॉर्टेंट है 22 अप्रैल, तो याद रखियो। महीना अप्रैल का शुरू हो चुका है, मैं तुम्हें कहा मार्च, तुम मैं याद कराते सी 1 3 5 7। तो हूँ आप अप्रैल भी याद करते जाने नाल नाल। 22 अप्रैल नू की मनाया जाता है? अर्थ डे, विश्व धरती दिवस, सी ऑप्शन। तो याद रखियो जिन्होंने ए भी दस्या तो खास याद रखियो। बिल्कुल ऑप्शन नंबर सी आएगा। तो नेक्स्ट कर दे हैं आप, नेक्स्ट क्वेश्चन है G8 की है? तो G8 ये की है? यस, अजोन डे तो मैं लगता पिछले साल एग्जाम पूछा गया सी, तो मन के चलो कि अजोन डे हूँ नहीं आऊगा। तो G8 की है? ऑप्शन ए 8 गरीब देशों का संगठन, ऑप्शन बी 8 विकसित देशों का संगठन, ऑप्शन सी 8 विकासशील देशों का संगठन, ऑप्शन डी एक सैनिक संगठन। तो G8 की है? आठ विकसित देश या विकासशील देश? दसो जी क्या होगा? G8 की है? कोई कैंडिडेट हो जा जिन्हें क्वेश्चन सही दसना हो, सही दसिया हो? कोई नहीं है जी हले ताई, हले तक किसी ने भी सही नहीं दसिया। राइट ऑप्शन
ऑप्शन नंबर बी 8 विकसित देशों का संगठन, ऑप्शन नंबर बी आऊगा, सी नहीं आऊगा, की आऊगा ऑप्शन नंबर बी 8 विकसित देश जिन्हे बच्चे आ जाते हैं वो की बन जाता है G8, तो वो की बन जाता है G8, तो सारे दे सारे गलत सी जी जिन्होंने सी किया, बी आऊगा। एक क्वेश्चन ए हैगा है कि G8 की है, ध्यान नाल सुनियो मेरी गल नू, मैं जो बोलन लग्या है G8 की है, 8 विकसित देशों का संगठन है। एक गल होर, एग्जाम च थानू क्वेश्चन इदू भी घुमा के ये पूछ लैणगे कि दसो कि भारत इंडिया G8 दे विच शामिल है या नहीं, ये भी पूछेंगे। तो 100% विचों 99.99 कैंडीडेट यही कहेंगे कि हाँ, क्योंकि इंडिया अपना ये सोच के कि इंडिया अपना विकसित देश है, ता करके दौदा ठीक लाने की सोचेंगे, बट नहीं, G8 दे विच इंडिया नहीं हैगा। ये क्वेश्चन आ सकता है, कारण की है, मैं क्वेश्चन होंगे नहीं, मैं तुम रोज़ कहना कमाए होंगे है, होर कुछ नहीं होंदा। तो याद रखियो G8 दे विच इंडिया नहीं हैगा। इंडिया की है विकासशील देश, जिन्हें डिवेलपिंग कंट्री है कि डिवेलप हो रहा है, बट इत्थे की कह रहे हैं वो कि 8 विकसित देश जेड़े पूरी तरह विकसित है, तो G8 दे विच इंडिया नहीं हैगा। जे क्वेश्चन पाउण वाला एग्जामिनर ये भी पा सकता ही है कि दसो भारत G8 विच है ज नहीं, तो देख लियो जे क्वेश्चन आ गया तो 99% कैंडिडेट हाँ वाल जाएंगे, कुछ कु होंगे जेडे कहेंगे नहीं, तो इंपॉर्टेंट है। नैक्सट करते हैं आप, तो याद रखियो जो मैं बोलिया। पवन कुमार जी राइट आ जाए करो जी, 9 बजे मैं लगता हूँ 9:25 हो रहे हैं। तो नैक्सट करते हैं आप, मनिंदर सिंह जी बहुत बहुत स्वागत है। नैक्सट है अच्छा, इन्दे विच अमेरिका, रशिया, कनेडा, या फिर आप गल करिए इटली, जर्मनी, फ्रांस, या होर यूनाइटेड किंगडम है, बस आही देश है इन्दे विच, एक रह गया, बस आही है जर्मनी, फ्रांस, कनेडा, इटली, यूनाइटेड किंगडम, बस आही, क्योंकि इंडिया नहीं है, 8 है। तो नैक्सट है कलिंग पुरस्कार दिता जाता है, ऑप्शन ए फिल्म खेत्र, ऑप्शन बी साहित्य खेत्र, ऑप्शन सी संगीत खेत्र, ऑप्शन डी विज्ञान खेत्र। तो कलिंग पुरस्कार दिता जाता है जी फिल्म खेत्र या साहित्य या संगीत या विज्ञान, मोस्ट इंपॉर्टेंट एंड घैंट घैंट क्वेश्चन है क्लिंग पुरस्कार। मनिंदर सिंह जी G8 दे विच 8 विकसित देश आते हैं, विकसित ये याद रखियो विकसित है, नोट है विकासशील, ऑप्शन नंबर बी आएगी होंगी। तो इस क्वेश्चन की राइट ऑप्शन है ऑप्शन नंबर डी, विज्ञान के खेत्र दिता जाता है क्लिंग पुरस्कार। तो राजीव जी बहुत बहुत स्वागत है, तो डी ऑप्शन आएगा विज्ञान के खेत्र, तो कितने याद रखियो ऑप्शन डी कलिंग पुरस्कार दिता जाता है विज्ञान के खेत्र, तो डी ऑप्शन आएगा, डी ऑप्शन बिल्कुल राइट है जेडे भी कैंडिडेट दस रहे हैं, तो बिल्कुल ऑप्शन नंबर डी आएगा विज्ञान के खेत्र, तो मोस्ट इंपॉर्टेंट है। एंड नैक्सट करते हैं जी, हूँ आप नैक्सट क्वेश्चन है, देखो जी नैक्सट है भारत विच CBI सेंट्रल ब्यूरो ऑफ इन्वेस्टिगेशन की स्थापना कदों हुई, CBI की, ऑप्शन ए 1935, ऑप्शन बी 1938, ऑप्शन सी 1948, ऑप्शन डी 1963। तो CBI सेंट्रल ब्यूरो ऑफ इन्वेस्टिगेशन है, देखो साइड ते इंदी फुल फॉर्म भी है सेंट्रल ब्यूरो ऑफ इन्वेस्टिगेशन लिख लियो, तो ये कदों आई सी, स्थापना कदों हुई, फाउंडर कदों हुई,
की आएगा। तो सीबीआई की स्थापना कदों हुई है की आएगा जी, ऑप्शन ए, ऑप्शन बी, ऑप्शन सी, ऑप्शन डी। भारत में सीबीआई सेंट्रल ब्यूरो ऑफ इन्वेस्टिगेशन की स्थापना कदों हुई है, राइट ऑप्शन ऑप्शन नंबर डी 1963। तो 1963 आएगा बिल्कुल राइट है जी, 1963 तो बिल्कुल राइट ऑप्शन नंबर डी। देखो डी नू डार्क किया हुआ 1963 नू, बिल्कुल आएगा जी ऑप्शन नंबर डी आएगा, डी बिल्कुल राइट है। भारत में सीबीआई की स्थापना हुई है 1963 दे विच, याद रखें दी फुल फॉर्म भी सेंटर ब्यूरो ऑफ इन्वेस्टिगेशन। तो बिल्कुल बिल्कुल बहुत ही इंपॉर्टेंट। नेक्स्ट क्वेश्चन है देखो जी, इसरो, इसरो तो तुम सुने ही है, बहुत सुने है। इसरो होंगे देखो भारतीय अंतरिक्ष रिसर्च संगठन, तो जे आप इंग्लिश गल करिए इंडियन स्पेस रिसर्च ऑर्गनाइजेशन का मुख्य दफ्तर कित्थे है, ऑप्शन ए श्रीहरिकोटा, ऑप्शन बी हैदराबाद, ऑप्शन सी बेंगलोर, ऑप्शन डी चांदीपुर। तब भारतीय इंडियन स्पेस रिसर्च ऑर्गेनाइजेशन का मुख्य दफ्तर कित्थे है, श्रीहरिकोटा, हैदराबाद, बेंगलोर या चांदीपुर, कित्थे है? मोस्ट इंपॉर्टेंट है, कित्थे है जी? राइट ऑप्शन है ऑप्शन नंबर सी बेंगलोर। तो बेंगलोर दे विच है, बिल्कुल राइट है। इंपॉर्टेंट क्वेश्चन है इसरो इंडियन स्पेस रिसर्च ऑर्गेनाइजेशन का मुख्य दफ्तर है बेंगलोर दे विच, तो सी ऑप्शन आएगा। मैंने लगता के सिवान जी ये चेयरमैन है, तो बिल्कुल जी बेंगलोर आएगा। नेक्स्ट क्वेश्चन आप करते हैं, यस 1969 जी फाउंडर सी ये 1969 याद रखियो। नेक्स्ट है कठपुतली किस राज का लोक नाच है, कठपुतली ऑप्शन ए राजस्थान, ऑप्शन बी महाराष्ट्र, ऑप्शन सी आंध्र प्रदेश, ऑप्शन डी हिमाचल प्रदेश। कठपुतली, यस यस नासा 1958, वैसे याद इसरो जरूर रखियो 1969। के सिवान उतो दे चेयरमैन है, तो बेंगलोर दे विच इंदा की है हेडक्वार्टर। नैक्सट दसो जी कठपुतली किस राज दा लोक नाच है। मैं लगता लोक नाच वाले क्वेश्चन बड़ी देर बाद अज आप मोक टेस्ट किए हैं, अज तो मैं लगता 25-30 मोक टेस्ट के क्वेश्चन नहीं आए। तो कठपुतली किस राज दा लोक नाच है, राइट ऑप्शन ऑप्शन नंबर ए राजस्थान। तो राजस्थान दा जी बिल्कुल राइट है, कठपुतली देखा ही होना तुसी, कई कहने टीवी च देखा होना जी। तो राजस्थान दा कठपुतली तो ऑप्शन नंबर ए, यस कैपिटल जयपुर, बिल्कुल राइट है जी राजस्थान आएगा। तो नेक्स्ट करते हैं आप मोस्ट इंपॉर्टेंट, नेक्स्ट जल्दी नाल जवाब देते जाओ जी। क्वेश्चन हले आप 15 दे, क्वेश्चन आप 30 करने हैं, मेरे 31 क्वेश्चन है शायद अच्छे। तो नेक्स्ट है देखो माउंट एवरेस्ट, यस अशोक गहलोत जी सीएम है राजस्थान दे, ता कल्याण सिंह जी उतों के गवर्नर है, ये भी याद रखना है। नेक्स्ट है माउंट एवरेस्ट ते चढ़न वाली वध उम्र दी औरत प्रेमलता अग्रवाल किस प्रदेश दी रहन वाली है, ऑप्शन ए उत्तर प्रदेश, ऑप्शन बी झारखंड, ऑप्शन सी बिहार, ऑप्शन डी राजस्थान। माउंट एवरेस्ट ते चढ़न वाली वध उम्र दी औरत है प्रेमलता अग्रवाल, तो किस प्रदेश दी किस स्टेट दी है जड़ी रहन वाली है। दसो जी की आएगा प्रेमलता अग्रवाल, की
की आएगा ऑप्शन ए बी सी या डी। राइट ऑप्शन ऑप्शन नंबर की आएगा बी झारखंड। तो कितों दी है जी वह झारखंड दी। तो लेडीज का याद नाम याद रखियो प्रेमलता अग्रवाल इज इक्वल टू पारो झारखंड। तो वो झारखंड की महिला सी जी माउंट एवरेस्ट से चढ़न वाली वध उम्र की औरत सी। नाम की है प्रेमलता अग्रवाल। तो है कितों के झारखंड। तो बिल्कुल राइट ऑप्शन नंबर बी। ये सारे के सारे क्वेश्चन हिंट लिखते जाया करो तो इंपॉर्टेंट बहुत है। तो बी ऑप्शन आएगा जेडे भी कैंडिडेट दस रहे हैं। तो बी ऑप्शन झारखंड। यस यस नेक्स्ट क्वेश्चन करते हैं जी। आप नेक्स्ट क्वेश्चन है देखो जी। देखो नेक्स्ट क्वेश्चन ध्यान नाल करियो कि नरेंद्र मोदी एक पॉलिटिकल बायोग्राफी ये पुस्तक है। नरेंद्र मोदी एक पॉलिटिकल बायोग्राफी ये पुस्तक दे लेखक कौन है। ऑप्शन ए जैफरी डेल। ऑप्शन बी वाली इधरले पासे है जी किंग्सले एमिस। ऑप्शन बी। ऑप्शन सी एंडी मैरिनो। ऑप्शन डी डेविड इरविंग। यस नीतीश कुमार जी सीएम है जी बिहार दे पटना। यस यस राजस्थानी है बिहार दी। किने लिखी है नरेंद्र मोदी एक पॉलिटिकल बायोग्राफी है पुस्तक। हुण मैं दसदा हुंदा कि जिहड़ी चीज चर्चा च होवे उन्हूं जरूर याद रखना है। किने लिखी है नरेंद्र मोदी एक पॉलिटिकल बायोग्राफी पुस्तक। राइट ऑप्शन है ऑप्शन नंबर की आएगा सी एंडी मैरिनो। तो ऑप्शन नंबर सी आएगा एंडी मैरिनो। याद रखिए ऑप्शन नंबर सी एंडी मैरिनो। नरेंद्र मोदी एक पॉलिटिकल बायोग्राफी पुस्तक हैज बीन रिटन बाय एंडी मैरिनो। तो ऑप्शन नंबर सी जेडे भी कैंडिडेट दस रहे ऑप्शन नंबर सी बहुत वधिया दस रहे हैं जी बहुत वधिया। नैक्सट करते हैं आप। नैक्सट क्वेश्चन है बाबर अते इब्राहिम लोधी विचकार केड़ा युद्ध होया। ऑप्शन ए पानीपत की पहली लड़ाई दूजी लड़ाई तीजी लड़ाई चौथी लड़ाई। दसो कि बाबर अते इब्राहिम लोधी विचकार केड़ा युद्ध होया। पहली लड़ाई दूजी लड़ाई तीजी लड़ाई या चौथी लड़ाई। देखो पजल करने वाले है उस दिन देखो की आया सी 31 फरवरी। जो चीज़ कई बार नहीं होंगी वह भी बच्चे आ जाती है। देखो उस दिन ही मैं याद है 31 फरवरी ऑप्शन सी जो कि कदे नहीं हैगी। दसो जी की आएगा बाबर अते इब्राहिम लोधी विचकार केड़ा युद्ध सी। राइट ऑप्शन ऑप्शन नंबर ए पानीपत की पहली लड़ाई। तो की आएगा ऑप्शन नंबर ए पानीपत की पहली लड़ाई बाबर ते इब्राहिम लोधी विचकार। बिल्कुल ऑप्शन नंबर ए। तो नेक्स्ट करते हैं आप। देखो जी नेक्स्ट तो नेक्स्ट क्वेश्चन है अफ्रीका का सब तो वड्डा देश केड़ा है। अफ्रीका का ऑप्शन ए चीन। ऑप्शन बी अलजीरिया। ऑप्शन सी कनेडा। ऑप्शन डी ब्राजील। ऑप्शन ई रूस। तो अफ्रीका का सब तो वड्डा देश केड़ा है। की आएगा जी अफ्रीका का सब तो वड्डा देश केड़ा है। ए बी सी डी और ई।
ਕੀ ਲੱਗਦਾ? ਦੇਖੋ ਇੱਥੇ ਪੁੱਛਿਆ ਗਿਆ ਮਹਾਂਦੀਪ ਹੈ ਜਿਹੜਾ ਅਫਰੀਕਾ, ਉਹਦਾ ਜਿਹੜਾ ਰਾਈਟ ਆਪਸ਼ਨ ਹੈ ਉਹ ਹੈਗੀ ਆ ਆਪਸ਼ਨ ਨੰਬਰ ਬੀ, ਅਲਜੀਰੀਆ। ਤਾਂ ਅਫਰੀਕਾ ਦਾ ਸਭ ਤੋਂ ਵੱਡਾ ਦੇਸ਼ ਕਿਹੜਾ? ਅਲਜੀਰੀਆ। ਅਗਰ ਤੁਹਾਨੂੰ ਇਗਜ਼ਾਮ 'ਚ ਪੁੱਛਣ ਏਸ਼ੀਆ ਦਾ ਸਭ ਤੋਂ ਵੱਡਾ ਦੇਸ਼ ਕਿਹੜਾ, ਤਾਂ ਤੁਸੀਂ ਕਹਿਣਾ ਚਾਈਨਾ। ਇੱਥੇ ਪੁੱਛਿਆ ਗਿਆ ਅਫਰੀਕਾ, ਤਾਂ ਅਫਰੀਕਾ ਦਾ ਵੱਡਾ ਦੇਸ਼ ਸਭ ਤੋਂ ਕਿਹੜਾ? ਅਲਜੀਰੀਆ। ਅਗਰ ਇਗਜ਼ਾਮ 'ਚ ਆ ਜਾਏ ਏਸ਼ੀਆ, ਤੁਸੀਂ ਕਹਿਣਾ ਚਾਈਨਾ। ਨੈਕਸਟ ਕੁਸ਼ਚਨ ਵੱਲ ਚੱਲਦੇ ਹਾਂ ਜੀ ਆਪਾਂ। ਬਿਲਕੁਲ ਬਹੁਤ ਵਧੀਆ ਜੀ, ਜਿਹੜੇ ਵੀ ਕੈਂਡੀਡੇਟ ਦੱਸ ਰਹੇ ਆ ਯਾਦ ਰੱਖਿਓ। ਨੈਕਸਟ ਹੈ ਨੀਲ ਨਦੀ ਦੀ ਲੰਬਾਈ ਕਿੰਨੇ ਕਿਲੋਮੀਟਰ ਹੈ? ਦੇਖੋ ਨੀਲ ਨਦੀ ਦੀ ਜਿਹੜੀ ਲੰਬਾਈ ਹੈ ਉਹ ਕਿੰਨੇ ਕਿਲੋਮੀਟਰ ਹੈ? ਆਪਸ਼ਨ ਏ 7010 ਕਿਲੋਮੀਟਰ, ਆਪਸ਼ਨ ਬੀ 6920 ਕਿਲੋਮੀਟਰ, ਆਪਸ਼ਨ ਸੀ 6670 ਕਿਲੋਮੀਟਰ, ਆਪਸ਼ਨ ਡੀ 6580 ਕਿਲੋਮੀਟਰ। ਨੀਲ ਨਦੀ ਤੁਹਾਨੂੰ ਪਤਾ ਲੰਬੀ ਨਦੀ ਹੈ ਸਾਰਿਆਂ ਤੋਂ, ਇਹਦੀ ਲੰਬਾਈ ਪੁੱਛਿਆ ਗਿਆ ਕਿਉਂਕਿ ਲਗਭਗ ਜਿਹੀ ਪੁੱਛਦੇ ਹੁੰਦੇ ਐਗਜ਼ਾਮ 'ਚ ਆਪਾਂ ਨੂੰ ਕੁਸ਼ਚਨ। ਮੈਂ ਤੁਹਾਨੂੰ ਮੋਕ ਟੈਸਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਹਿਤਾ ਸੀ ਕਿ ਪੂਰੇ ਜਿੰਨੇ ਕਹੋਗੇ ਉਨੇ ਘੈਂਟ ਤੋਂ ਘੈਂਟ ਕੁਸ਼ਚਨ ਹੋਣਗੇ, ਬਟ ਇੰਪੋਰਟੈਂਟ ਬਹੁਤ ਹੈ ਇਹ। ਰਾਈਟ ਆਪਸ਼ਨ ਹੈ ਆਪਸ਼ਨ ਨੰਬਰ ਸੀ 6670। ਦੇਖੋ ਜੀ 6650 ਤੋਂ ਲੈ ਕੇ 6670 ਤੱਕ ਦੀ ਵੈਲਿਊ ਕੋਈ ਵੀ ਲਿਖੀ ਹੋ ਸਕਦੀ ਹੈ, ਯਾਦ ਰੱਖੋ 6650 ਤੋਂ ਲੈ ਕੇ 6670, ਤਾਂ ਇੱਥੇ ਕਿੰਨੀ ਲਿਖੀ ਹੋਈ ਹੈ? 6670। ਤਾਂ ਬਿਲਕੁਲ ਆਪਸ਼ਨ ਨੰਬਰ ਸੀ ਆਊਗਾ, ਸੀ ਬਿਲਕੁਲ ਰਾਈਟ ਆਪਸ਼ਨ ਹੈ ਜਿਹੜੇ ਵੀ ਕੈਂਡੀਡੇਟ ਦੱਸ ਰਹੇ ਹੈ। ਤਾਂ ਸੀ ਆਏਗਾ ਜੀ, ਸੀ ਬਿਲਕੁਲ ਰਾਈਟ ਆਪਸ਼ਨ ਹੈ, ਬਹੁਤ ਵਧੀਆ ਆਪਸ਼ਨ ਨੰਬਰ ਸੀ। ਤਾਂ ਨੈਕਸਟ ਕਰਦੇ ਹਾਂ, ਨੈਕਸਟ ਕੁਸ਼ਚਨ ਹੈ। ਦੇਖੋ ਜੀ ਨੈਕਸਟ ਕੁਸ਼ਚਨ ਹੈ ਬਹੁਤ ਇੰਪੋਰਟੈਂਟ, ਹੈ ਬਹੁਤ ਸਿੰਪਲ। ਨੈਕਸਟ ਤੇਲੰਗਨਾ, ਤੁਹਾਨੂੰ ਪਤਾ ਹੀ ਹੈ ਆਪਣੇ ਇੰਡੀਆ ਦੀ ਸਟੇਟ ਹੈ ਤੇਲੰਗਨਾ, ਜੋ ਕਿ 29ਵੀਂ ਹੈ, ਕਿਉਂਕਿ ਪਹਿਲਾਂ 28 ਸਟੇਟ ਸੀ ਆਪਣੇ ਇੰਡੀਆ ਦੀਆਂ, ਹੁਣ ਕਿੰਨੀਆਂ ਜੇ ਕੋਈ ਪੁੱਛੇ ਤਾਂ 29। 29 ਸਟੇਟ ਹੈ ਆਪਣੇ ਇੰਡੀਆ ਦੇ ਵਿੱਚ, ਤਾਂ ਤੇਲੰਗਨਾ ਜਿਹੜੀ ਲਾਸਟ ਸਟੇਟ ਬਣੀ ਸੀ ਆਪਣੇ ਇੰਡੀਆ ਦੀ 29ਵੀਂ, ਤਾਂ ਇਹ ਆਂਧਰਾ ਪ੍ਰਦੇਸ਼ ਤੋਂ ਅਲੱਗ ਹੋਈ ਸੀ। ਤਾਂ ਦੱਸਣਾ ਹੈ ਕਿ ਕਦੋਂ ਅਲੱਗ ਹੋਈ ਸੀ? ਆਪਸ਼ਨ ਏ 1 ਜੂਨ 2014, ਆਪਸ਼ਨ ਬੀ 2 ਜੂਨ 2014, ਆਪਸ਼ਨ ਸੀ 3 ਜੂਨ 2014, ਆਪਸ਼ਨ ਡੀ 3 ਜੂਨ 2015। ਦੇਖੋ ਜੀ ਇਹ ਕੀ ਹੁੰਦੀ ਹੈ, ਐਗਜੈਕਟ ਡੇਟ ਆਪਣੇ ਤੋਂ ਪੁੱਛੀ ਹੋਈ ਹੈ ਕਦੋਂ ਜਿਹੜਾ ਐਲਾਨਿਆ ਗਿਆ ਸੀ, ਮਤਲਬ ਕਦੋਂ ਉਹਨੂੰ ਅੱਡ ਰਾਜ ਬਣਾ ਦਿੱਤਾ ਗਿਆ ਸੀ, ਡੇਟ ਪੁੱਛੀ ਹੈ। ਤੇਲੰਗਾਨਾ ਕਦੋਂ ਆਂਧਰਾ ਪ੍ਰਦੇਸ਼ ਤੋਂ ਅਲੱਗ ਹੋ ਗਿਆ ਸੀ? ਕੀ ਲੱਗਦਾ ਹੈ ਕੀ ਆਊਗਾ? ਕੀ ਆਏਗਾ ਜੀ, ਆਪਸ਼ਨ ਏ ਬੀ ਸੀ ਜਾਂ ਡੀ? ਤਾਂ ਤੇਲੰਗਾਨਾ ਕਦੋਂ ਆਂਧਰਾ ਪ੍ਰਦੇਸ਼ ਤੋਂ ਅਲੱਗ ਹੋਇਆ? ਰਾਈਟ ਆਪਸ਼ਨ ਆਪਸ਼ਨ ਨੰਬਰ, ਯਾਦ ਰੱਖਣਾ ਇਹ ਕੁਸ਼ਚਨ ਖਾਸਾ ਹੀ, ਆਪਸ਼ਨ ਨੰਬਰ ਕਿਉਂਕਿ ਆਪਣੇ ਇੰਡੀਆ ਨਾਲ ਰਿਲੇਟਡ ਹੈ, ਉਹ ਵੀ 29 ਸਟੇਟਸ ਦੇ ਵਿੱਚ, ਆਪਸ਼ਨ ਨੰਬਰ ਬੀ 2 ਜੂਨ 2014, ਯਾਦ ਰੱਖਿਓ 2 ਜੂਨ 2014, ਆਪਸ਼ਨ ਨੰਬਰ ਬੀ ਕੀ ਆਏਗਾ 2 ਜੂਨ 2014। ਦੇਖੋ ਇਹਨੂੰ ਯਾਦ ਰੱਖਣ ਦਾ ਤਰੀਕਾ ਤੁਹਾਨੂੰ ਮੈਂ ਦੱਸਦਾ। ਦੇਖੋ ਜੂਨ ਤੋਂ ਪਹਿਲਾਂ ਕੀ ਪਾਇਆ? 2 ਅਤੇ 2014, ਮਤਲਬ 2-2 ਆ ਜੂਗਾ ਪਹਿਲਾਂ ਹੀ, ਤਾਂ 2 ਅਤੇ 2, 2 ਜੂਨ 2014, ਤਾਂ ਇੰਝ ਤੁਸੀਂ ਯਾਦ ਰੱਖ ਲਿਓ, ਛੋਟਾ ਜਿਹਾ ਐਂ ਯਾਦ ਹੋ ਜੂਗਾ ਜੀ ਤੁਹਾਨੂੰ। 21 ਦਾ ਆਂਸਰ ਸੀ 6670, ਆਪਸ਼ਨ ਸੀ
ਤਾਂ ਇਹ ਵੀ ਯਾਦ ਰੱਖ ਲਿਓ ਜੀ, ਦੋ ਦੋ ਦੋਵੇਂ ਪਾਸੇ ਯਾਦ ਰੱਖੋ ਕਿ ਦੋ ਦੋ ਹੈ। ਨੈਕਸਟ ਹੈ, ਨੈਕਸਟ ਦੇਖੋ ਜੀ, ਅਧਿਆਪਕ ਦਾ ਇੱਕ ਕਾਰਜ ਇਹ ਦੱਸਦਾ ਹੈ ਕਿ ਉਹ ਚੰਗਾ ਲੀਡਰ ਹੈ। ਯੈਸ, ਇੱਕ ਗੱਲ ਹੋਰ ਮੈਨੂੰ ਯਾਦ ਆ ਗਈ, ਦੇਖੋ ਜੀ ਦੱਸ ਰਹੇ ਨੇ ਬੱਟੀ ਜੀ, 10 ਸਾਲ ਬਾਅਦ ਮੈਨੂੰ ਲੱਗਦਾ, ਮੈਂ ਤੁਹਾਨੂੰ ਦੱਸੀ ਵੀ ਸੀ ਕਿ ਹੁਣ ਤਾਂ ਇਹਦੀ ਹੈਦਰਾਬਾਦ ਹੈ, ਬਟ 10 ਸਾਲ ਬਾਅਦ ਇਹਦੀ ਰਾਜਧਾਨੀ ਜਿਹੜੀ ਅਮਰਾਵਤੀ ਬਣ ਜੂਗੀ। ਤੇਲੰਗਾਨਾ ਦੀ ਗੱਲ ਕਰ ਰਹੇ ਹਾਂ ਆਪਾਂ। ਨੈਕਸਟ, ਅਧਿਆਪਕ ਦਾ ਇੱਕ ਕਾਰਜ ਇਹ ਦੱਸਦਾ ਹੈ ਕਿ ਉਹ ਚੰਗਾ ਲੀਡਰ ਹੈ, ਕਿਹੜਾ ਕਾਰਜ? ਆਪਸ਼ਨ ਏ, ਕੰਮ ਠੀਕ ਨਾ ਕਰੇ, ਆਪਸ਼ਨ ਬੀ ਠੀਕ ਕੰਮ ਕਰਨਾ, ਆਪਸ਼ਨ ਸੀ ਚੀਜ਼ ਨੂੰ ਠੀਕ ਰੱਖਣਾ, ਆਪਸ਼ਨ ਡੀ ਠੀਕ ਚੀਜ਼ਾਂ ਬਾਰੇ ਪੁੱਛਣਾ। ਕੀ ਆਊਗਾ? ਅਧਿਆਪਕ ਦਾ ਇੱਕ ਕਾਰਜ ਹੈ, ਕਾਰਜ ਇਹ ਦੱਸਣਾ ਹੈ ਕਿ ਉਹ ਚੰਗਾ ਲੀਡਰ ਹੈ। ਕੀ ਆਊਗਾ? ਕੁਛ ਨਹੀਂ ਹੈ ਕੁਸ਼ਚਨ ਦੇ ਵਿੱਚ, ਖਾਸ ਕਰਕੇ ਜਿਹੜੇ ਸਾਈਕੋ ਦੇ ਕੁਸ਼ਚਨ ਇਹੋ ਜਿਹੇ ਹੁੰਦੇ ਉਹਨਾਂ 'ਚ ਕੁਛ ਨਹੀਂ ਹੁੰਦਾ। ਤੁਹਾਨੂੰ ਮੈਂ ਰੋਜ਼ ਇੱਕ ਗੱਲ ਕਹਿੰਦਾ ਕਿ ਵਰਲਡਿੰਗ ਨੂੰ ਸਮਝਣਾ ਆਪਾਂ, ਬਸ ਜਿੱਦੇ ਆਪਾਂ ਵਰਲਡਿੰਗ ਸਮਝ ਲਈ ਕੁਸ਼ਚਨ ਕੋਈ ਗਲਤ ਹੁੰਦਾ ਹੀ ਨਹੀਂ। ਕੀ ਹੈ ਇਹ ਕੁਸ਼ਚਨ ਹੀ ਤਾਂ ਪਾਏ ਹੁੰਦੇ ਆ ਮੋਕ ਟੈਸਟ ਕਿ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਇਹਨੂੰ ਸਮਝ ਪਾਓ। ਰਾਈਟ ਆਪਸ਼ਨ, ਆਪਸ਼ਨ ਨੰਬਰ ਬੀ ਠੀਕ ਕੰਮ ਕਰਨਾ। ਦੇਖੋ ਜੀ ਲੀਡਰ, ਇੱਥੇ ਲੀਡਰ ਦੀ ਗੱਲ ਕੀਤੀ ਗਈ ਹੈ, ਲੀਡਰ ਉਹੀ ਹੁੰਦਾ ਜਿਹੜਾ ਠੀਕ ਕੰਮ ਕਰੇ, ਬਸ ਕੰਮ ਖਤਮ, ਹੋਰ ਚੀਜ਼ਾਂ ਵੱਲ ਆਪਾਂ ਜਾਣਾ ਹੀ ਨਹੀਂ। ਲੀਡਰ ਨੇ ਚੀਜ਼ਾਂ ਤੋਂ ਕੀ ਲੈਣਾ? ਚੀਜ਼ਾਂ ਨੂੰ ਠੀਕ ਰੱਖਣਾ ਜਾਂ ਚੀਜ਼ਾਂ ਠੀਕ ਚੀਜ਼ਾਂ ਬਾਰੇ ਪੁੱਛਣਾ, ਇਹ ਲੀਡਰ ਦਾ ਕੰਮ ਨਹੀਂ ਹੁੰਦਾ। ਇੱਥੇ ਲੀਡਰ ਦੀ ਗੱਲ ਕੀਤੀ ਗਈ ਹੈ, ਤਾਂ ਕੰਮ ਕੀ ਹੈ ਜੀ? ਆਪਸ਼ਨ ਬੀ ਠੀਕ ਕੰਮ ਕਰਨਾ, ਬਸ ਕੰਮ ਖਤਮ। ਇੰਨੀ ਕੁ ਲਾਈਨ ਨੂੰ ਆਪਾਂ ਸਮਝਣਾ ਸੀ, ਲੀਡਰ, ਲੀਡਰ ਦਾ ਕੰਮ ਕੀ ਹੈ? ਠੀਕ ਕੰਮ ਕਰਨਾ, ਬਸ। ਇਗਜ਼ਾਮ 'ਚ ਇਹੋ ਜਿਹਾ ਕੁਸ਼ਚਨ ਆਉਂਦੇ ਹੈ, ਬਟ ਐਂ ਜਿਵੇਂ ਮੈਂ ਤੁਹਾਨੂੰ ਸਮਝਾਇਆ ਸਮਝ ਲਿਆ ਕਰੋ, ਬਸ ਹੋਰ ਕੁਛ ਨਹੀਂ ਹੁੰਦਾ ਇੰਨਾ ਕੁਸ਼ਚਨ 'ਚ, ਬਿਲਕੁਲ ਨਹੀਂ। ਲੀਡਰ ਇਜ਼ ਇਕੁਅਲ ਟੂ ਠੀਕ ਕੰਮ ਕਰਨਾ, ਬਸ ਗੱਲ ਖਤਮ, ਆਪਸ਼ਨ ਨੰਬਰ ਬੀ। ਕੁਸ਼ਚਨ ਮੈਥੋਂ ਜਿੰਨੀ ਵਾਰ ਮਰਜ਼ੀ ਪੁੱਛਦੇ ਜਾਇਆ ਕਰੋ, ਬਿਲਕੁਲ ਈਜ਼ੀ ਕੁਸ਼ਚਨ ਹੈ। ਬਸ ਆਹ ਥੋੜ੍ਹਾ ਚਿਰ ਠਹਿਰ ਜਾਓ, ਮਤਲਬ ਜਦੋਂ ਇਗਜ਼ਾਮ ਦੇ ਨੇੜੇ ਆਪਣੀ ਕਲਾਸ, ਜਿਵੇਂ ਇਗਜ਼ਾਮ ਦੇ ਥੋੜ੍ਹਾ ਚਿਰ ਪਹਿਲਾਂ ਆਪਾਂ 2-3 ਕਲਾਸਾਂ ਲਗਾਤਾਰ ਬਾਲ ਵਿਕਾਸ ਸਾਈਕੋ ਦੀਆਂ ਲਾਵਾਂਗੇ, ਇਹੋ ਜਿਹੇ ਕੁਸ਼ਚਨ ਉਹਦੇ ਵਿੱਚ ਆਪਾਂ ਅਟੈਂਪਟ ਕਰਾਂਗੇ। ਉਹ ਕੁਸ਼ਚਨ ਤਾਂ ਅਟੈਂਪਟ ਕਰਾਂਗੇ ਉਹਦੇ 'ਚ ਇਹੋ ਜਿਹੇ ਕਿ ਆਪਾਂ ਦਾ ਮਤਲਬ ਉਵੇਂ ਦਿਮਾਗ ਦੇ ਵਿੱਚ ਉਹ ਚੀਜ਼ਾਂ ਫਿੱਟ ਹੋ ਜਾਣ ਕਿ ਕਿਸ ਚੀਜ਼ ਨੂੰ ਆਪਾਂ ਕਿਵੇਂ ਸਮਝਣਾ। ਉਹ ਇਗਜ਼ਾਮ ਦੇ ਨੇੜੇ 2-3 ਕਲਾਸਾਂ ਲਾਵਾਂਗੇ ਕਿ ਸਾਰੇ ਕੁਸ਼ਚਨ 2-25 ਜਿਹੜੇ ਸਾਈਕੋ ਦੇ ਹੋਣਗੇ ਉਹ ਇਹੋ ਜਿਹੇ ਕਿ ਆਪਾਂ ਸਮਝਣੇ ਕਿਵੇਂ ਹੈ, ਬਸ। ਤਾਂ ਨੈਕਸਟ ਕਰਦੇ ਹਾਂ ਜੀ ਆਪਾਂ। ਨੈਕਸਟ ਹੈ, ਇਹ ਕੁਸ਼ਚਨ ਜ਼ਰੂਰ ਦੱਸਿਓ, ਚਿੰਤਨ ਮਾਨਸਿਕ ਕਿਰਿਆ ਦਾ ਗਿਆਨਾਤਮਕ ਪੱਖ ਹੈ, ਇਹ ਕਥਨ ਕਿਸ ਦਾ ਹੈ? ਆਪਸ਼ਨ ਏ ਮਾਰਗਰ ਦਾ, ਆਪਸ਼ਨ ਬੀ ਰਾਇਬਰਨ ਦਾ, ਆਪਸ਼ਨ ਸੀ ਰੋਸ ਦਾ, ਆਪਸ਼ਨ ਡੀ ਕਾਲਸਲਿਕ ਦਾ। ਕੀ ਆਏਗਾ? ਮਾਰਗਰ ਦਾ, ਰਾਇਬਰਨ ਦਾ, ਰੋਸ ਦਾ, ਕਾਲਸਲਿਕ ਦਾ। ਇਹ ਕਿਹਦਾ ਕਥਨ ਹੈ ਕਿ ਚਿੰਤਨ ਮਾਨਸਿਕ ਕਿਰਿਆ ਦਾ ਗਿਆਨਾਤਮਕ ਪੱਖ ਹੈ, ਕਥਨ ਕਿਹਦਾ? ਕੀ ਆਏਗਾ? ਜਲਦੀ ਨਾਲ ਆਨਸਰ ਦਿਓ ਜੀ, ਕੀ ਲੱਗਦਾ ਤੁਹਾਨੂੰ? ਪ੍ਰਿਆ ਜੀ ਨੇ ਸੀ ਦੱਸਿਆ, ਸਰਗੁਣ ਜੀ ਨੇ ਸੀ ਦੱਸਿਆ, ਨਮੋਲ ਜੀ ਨੇ, ਸੁਰਿੰਦਰ ਜੀ ਨੇ ਸੀ ਦੱਸਿਆ। ਰਾਈਟ ਕੀ ਆਏਗਾ? ਆਪਸ਼ਨ ਨੰਬਰ ਸੀ ਰੋਸ, ਬਿਲਕੁਲ ਰਾਈਟ ਹੈ ਜੀ, ਸੀ ਰੋਸ, ਬਹੁਤ ਵਧੀਆ। ਸ਼ੁਰੂਆਤ ਕੀਤੀ ਸੀ ਪ੍ਰਿਆ ਜੀ ਨੇ ਸੀ ਤੋਂ, ਤਾਂ ਬਹੁਤ ਵਧੀਆ ਰਹੀ ਜੀ ਸ਼ੁਰੂਆਤ, ਸੀ ਆਪਸ਼ਨ ਬਹੁਤ ਸੇ ਕੈਂਡੀਡੇਟ ਨੇ ਦੱਸਿਆ, ਸੀ ਆਏਗਾ, ਰੋਸ ਇਜ਼ ਦਾ ਰਾਈਟ ਆਪਸ਼ਨ, ਬਿਲਕੁਲ ਬਿਲਕੁਲ ਆਪਸ਼ਨ ਨੰਬਰ ਸੀ ਰੋਸ, ਬਿਲਕੁਲ ਜੀ, ਜਿਹੜੇ ਵੀ ਕੈਂਡੀਡੇਟ ਦੱਸ ਰਹੇ ਹੈ ਸੀ। ਨੈਕਸਟ ਕਰਦੇ ਹਾਂ ਆਪਾਂ, ਨੈਕਸਟ ਕੁਸ਼ਚਨ ਹੈ, ਦੇਖੋ ਜੀ ਨੈਕਸਟ ਕੁਸ਼ਚਨ ਹੈ, ਹੇਠ ਲਿਖਿਆਂ ਵਿੱਚ ਚਿੰਤਨ ਦਾ ਔਜਾਰ ਜਾਂ ਕਹਿ ਲਓ ਸੰਦ ਨਹੀਂ ਹੈਗਾ,
ਹੇਠ ਲਿਖਿਆਂ ਦੇ ਵਿੱਚੋਂ ਚਿੰਤਨ ਦਾ ਜਿਹੜਾ ਚਿੰਤਨ ਤੁਹਾਨੂੰ ਪਤਾ ਹੀ ਹੈ ਸੋਚ, ਮੈਂ ਡੇਲੀ ਇਹੋ ਜਿਹੇ ਸਿੰਪਲ ਵਰਡ ਤੁਹਾਨੂੰ ਨਾਲ ਨਾਲ ਦੱਸਦਾ ਰਹਿੰਦਾ। ਇਗਜ਼ਾਮ 'ਚ ਜੇ ਕੁਸ਼ਚਨ ਨੂੰ ਘੁਮਾਇਆ ਹੋਵੇ ਤਾਂ ਚਿੰਤਨ ਸੋਚ ਲਿਓ, ਸੋਚ ਚਿੰਤਨ ਜਾਂ ਸੋਚ ਦਾ ਸੰਦ ਨਹੀਂ ਹੈਗਾ। ਆਪਸ਼ਨ ਏ ਭਾਸ਼ਾ, ਆਪਸ਼ਨ ਬੀ ਬਿੰਬ ਜਾਂ ਪ੍ਰਤੀਬਿੰਬ, ਆਪਸ਼ਨ ਸੀ ਸੰਕਲਪ, ਆਪਸ਼ਨ ਡੀ ਗੱਡੀ ਚਲਾਉਣੀ। ਹੇਠ ਲਿਖਿਆਂ 'ਚੋਂ ਚਿੰਤਨ ਦਾ ਸੰਦ ਨਹੀਂ ਹੈ। ਕੀ ਆਏਗਾ ਜੀ? ਆਪਸ਼ਨ ਏ, ਆਪਸ਼ਨ ਬੀ, ਆਪਸ਼ਨ ਸੀ, ਆਪਸ਼ਨ ਡੀ। ਕੀ ਆਊਗਾ? ਤਾਂ ਰਾਈਟ ਆਪਸ਼ਨ ਆਏਗਾ ਆਪਸ਼ਨ ਨੰਬਰ ਡੀ, ਗੱਡੀ ਚਲਾਉਣਾ। ਦੇਖੋ ਜੀ, ਆ ਦਿਖ ਹੀ ਜਾਂਦਾ, ਸਾਫ਼ ਹੀ ਦਿਖਦਾ ਕਿ ਉੱਤੇ ਆਪਾਂ ਨੂੰ ਕੀ ਪੁੱਛਿਆ ਗਿਆ ਉਹਨਾਂ ਨੇ, ਕਿ ਜਿਹੜੀ ਸੋਚ ਹੈ ਆਪਣਾ ਚਿੰਤਨ ਹੈ ਉਹਦਾ ਉਜਾਰ ਨਹੀਂ ਹੈ। ਭਾਸ਼ਾ ਨਾਲ ਸੋਚਦੇ ਹਾਂ, ਪ੍ਰਤੀਬਿੰਬ ਲੈ ਕੇ ਸੋਚਦੇ ਹਾਂ, ਸੰਕਲਪ ਨਾਲ ਸੋਚਦੇ ਹਾਂ, ਗੱਡੀ ਨਹੀਂ ਚਲਾਉਂਦੇ। ਡੀ ਆਏਗਾ ਬਿਲਕੁਲ ਜੀ, ਆਪਸ਼ਨ ਨੰਬਰ ਡੀ। ਮੈਂ ਤੁਹਾਨੂੰ ਉਸ ਦਿਨ ਵੀ ਕਿਹਾ ਸੀ ਆਪਸ਼ਨਸ ਨੂੰ ਰਿਜੈਕਟ ਕਰਦੇ ਜਾਇਆ ਕਰੋ, ਬਸ ਕੁਸ਼ਚਨ ਨਹੀਂ ਗਲਤ ਹੋਊਗਾ। ਨੈਕਸਟ ਆਪਾਂ ਕਰਦੇ ਹਾਂ ਕੁਸ਼ਚਨ ਨੰਬਰ 26। ਕਿਸ ਦੀ ਲੰਬਾਈ ਅੱਖਰ ਤੋਂ ਅੱਧੀ ਹੁੰਦੀ ਹੈ? ਕਿਸ ਦੀ ਲੰਬਾਈ? ਆਪਸ਼ਨ ਏ ਟਿੱਪੀ, ਆਪਸ਼ਨ ਬੀ ਅਦਕ, ਆਪਸ਼ਨ ਸੀ ਕੰਨਾ, ਆਪਸ਼ਨ ਡੀ ਸਿਆਰੀ, ਆਪਸ਼ਨ ਈ ਬਿਹਾਰੀ। ਕਿਸ ਦੀ ਲੰਬਾਈ ਅੱਧਕ ਅੱਖਰ ਤੋਂ ਅੱਧੀ ਹੁੰਦੀ ਹੈ? ਕੀ ਆਏਗਾ? ਇਹ ਤੇ ਅੱਖਰ ਹੈ, ਜੇ ਮੈਂ ਅੱਧਕ ਬੋਲ ਗਿਆ ਹੋਵਾਂ ਅੱਖਰ ਹੈ। ਕਿਸ ਦੀ ਲੰਬਾਈ ਅੱਖਰ ਤੋਂ ਅੱਧੀ ਹੁੰਦੀ? ਸੋਚਣ ਵਾਲੀ ਤਾਂ ਇੰਨੀ ਗੱਲ ਨਹੀਂ ਹੈ ਜੀ, ਬਿਲਕੁਲ ਈਜ਼ੀ ਹੈ। ਕੋਈ ਜਿੰਨੇ ਜ਼ਿਆਦਾ ਕਈ ਵਾਰੀ ਆਪਾਂ ਟਿਪੀਕਲ ਕੁਸ਼ਚਨ ਕਰ ਲੈਂਦੇ ਹਾਂ ਸੌਖੇ ਕੁਸ਼ਚਨ, ਅਤੇ ਦਿਮਾਗ ਆਪਣਾ ਹੀ ਸੋਚਣ ਲੱਗ ਜਾਂਦਾ ਵੀ ਆਹ ਕੀ, ਬਟ ਇਹ ਸਿੰਪਲ ਹੈ ਆਪਸ਼ਨ ਨੰਬਰ। ਅਨੁਰਾਧਾ ਜੀ, ਤੁਸੀਂ ਆਪਣੀ ਸਕਰੀਨ ਦੀ ਜਿਹੜੀ ਕੁਆਲਿਟੀ ਨੂੰ ਥੋੜ੍ਹਾ ਵਧਾ ਲਓ। ਸੀ ਆਏਗਾ ਕੰਨਾ। ਦੇਖੋ ਉਸ ਕੰਨਾ, ਕਿਉਂਕਿ ਉਹਦੀ ਲੰਬਾਈ ਪੁੱਛੀ ਗਈ ਹੈ, ਲੰਬਾਈ ਕੰਨੇ ਦੀ ਜਿਹੜੀ ਅੱਧੀ ਹੁੰਦੀ ਹੈ। ਕੋਈ ਅੱਖਰ ਵੇਖ ਲਓ ਜੀ, ਉਹ ਦੇਖੋ ਉੱਥੇ ਇੱਕ ਲੱਖਰ ਅੱਖਰ ਪਿਆ, ਲੰਬਾਈ ਲੰਬਾਈ ਦੇ ਵਿੱਚ ਦੇਖੋ ਬੱਬੇ ਦੇ ਨਾਲ ਕੰਨਾ ਪਾਇਆ, ਉਹ ਅੱਧਾ ਕੰਨਾ। ਬਿਲਕੁਲ ਸੀ ਤਾਂ ਬਿਲਕੁਲ ਜੀ ਬਿਲਕੁਲ। ਨੈਕਸਟ ਹੈ, ਨੈਕਸਟ ਹੈ ਕੁਸ਼ਚਨ ਹੈ ਜੀ ਨੈਕਸਟ। ਵੇ ਮੁੰਡਿਆ ਬਹੁਤਾ ਨਾ ਬੋਲ, ਮੈਂ ਆ ਜਾਣਾ। ਇਹ ਕੀ ਹੈ? ਦੇਖੋ ਜਦੋਂ ਕੋਈ ਕਹਿੰਦਾ ਹੀ ਹੈ ਵੇ ਮੁੰਡਿਆ ਬਹੁਤਾ ਨਾ ਬੋਲ, ਮੈਂ ਆ ਜਾਣਾ, ਇਹ ਕੀ ਹੈ? ਪਿਆਰ ਹੈ, ਲੜਾਈ ਹੈ, ਜਾਂ ਦਬਕਾ ਰੋਹ, ਜਾਂ ਚਲਾਕੀ, ਇਹ ਕੀ ਹੈ? ਕੋਈ ਤੁਸੀਂ ਸੁਣਿਆ ਹੀ ਹੋਣਾ ਵੇ ਮੁੰਡਿਆ ਬਹੁਤਾ ਨਾ ਬੋਲ, ਮੈਂ ਆ ਜਾਣਾ, ਇਹ ਕੀ ਹੈ? ਪਿਆਰ ਹੈ, ਲੜਾਈ ਹੈ, ਦਬਕਾ ਰੋਹ, ਜਾਂ ਚਲਾਕੀ? ਕੀ ਹੈ ਇਹ? ਬਿਲਕੁਲ ਜੀ ਜ਼ਰੂਰ ਦੱਸੋ ਕੀ ਆਏਗਾ। ਕਿਉਂਕਿ ਸੁਣਿਆ ਹੀ ਹੋਣਾ ਜਦੋਂ ਕੋਈ ਬੱਚਾ ਸ਼ਰਾਰਤਾਂ ਕਰਦਾ ਹੋਵੇ ਤਾਂ ਉਹਨੇ ਮਦਰ ਵੀ ਕਹਿ ਦਿੰਦੇ ਹੈ, ਅਗਰ ਉਹਦੇ ਘਰ ਉਹਦੇ ਦਾਦੀ ਵੀ ਹੈ ਉਹ ਵੀ ਕਹਿ ਦਿੰਦੇ ਹੈ ਵੇ ਮੁੰਡਿਆ ਬਹੁਤਾ ਨਾ ਬੋਲ, ਜਾਂ ਫਿਰ ਉਹ ਜ਼ਿਆਦਾ ਬੋਲਦਾ ਹੋਵੇ, ਮੈਂ ਆ ਜਾਣਾ। ਸੀ ਆਏਗਾ ਦਬਕਾ ਜਾਂ ਰੋਹ ਮਾਰਨਾ। ਬਿਲਕੁਲ ਜੀ, ਆਪਸ਼ਨ ਨੰਬਰ ਕੀ ਆਏਗਾ? ਸੀ, ਕਿਉਂਕਿ ਇਹਦੇ ਵਿੱਚ ਲੜਾਈ ਨਹੀਂ ਆਏਗਾ, ਕਿਉਂਕਿ ਇੱਥੇ ਦੋ ਪਾਸਿਓਂ ਗੱਲ ਨਹੀਂ ਹੋ ਰਹੀ, ਸਿਰਫ ਇੱਕ ਪਾਸਿਓਂ, ਉਹ ਵੀ ਉਸ ਤਰ੍ਹਾਂ ਨਾਲ ਗੱਲ ਹੋ ਰਹੀ ਹੈ ਕਿ ਜਿਵੇਂ ਕਿਸੇ ਨੂੰ ਦਬਕਾ ਮਾਰਨਾ ਹੋਵੇ, ਮੈਂ ਆ ਜਾਣਾ, ਡਰਾਵਾ ਦੇਣਾ ਹੋਵੇ, ਤਾਂ ਦਬਕਾ ਰੋਹ। ਆਪਸ਼ਨ ਨੰਬਰ ਸੀ ਬਿਲਕੁਲ। ਜ਼ਰੂਰ ਜ਼ਰੂਰ ਸੰਜੇ ਕੁਮਾਰ ਜੀ। ਨੈਕਸਟ ਹੈ, ਇਹਨੂੰ ਤੁਸੀਂ ਕੰਪਲੀਟ ਕਰਨਾ ਹੈ। ਦੇਖੋ ਜੀ, ਇਹਨੂੰ ਤੁਸੀਂ ਕੰਪਲੀਟ ਕਰਨਾ, ਖਾਣ ਪੀਣ ਨੂੰ ਚੰਗੀ ਭਲੀ, ਰਾਮ ਜਪਣ ਨੂੰ ਡੈਸ਼ ਢੀਠ, ਕੋੜੀ ਕੋੜਨ ਜਾਂ ਮੂਰਖ। ਖਾਣ ਪੀਣ ਨੂੰ ਚੰਗੀ ਭਲੀ, ਰਾਮ ਜਪਣ ਨੂੰ ਡੈਸ਼, ਕੀ ਆਏਗਾ? ਇਹਨੂੰ ਪੂਰਾ ਕਰੋ।
ਖਾਣ ਪੀਣ ਨੂੰ ਚੰਗੀ ਭਲੀ, ਰਾਮ ਜਪਣ ਨੂੰ। ਢੀਠ ਕੋੜੀ ਕੋੜਨ ਜਾਂ ਮੂਰਖ, ਰਾਈਟ ਆਪਸ਼ਨ ਹੈ ਜੀ ਆਪਸ਼ਨ ਨੰਬਰ ਬੀ ਕੋੜੀ। ਤਾਂ ਆਪਸ਼ਨ ਬੀ ਕੋੜੀ। ਦੇਖੋ ਇਹ ਥੋੜ੍ਹਾ ਪਜ਼ਲ ਕਰਨ ਵਾਲੇ ਹੁੰਦੇ ਆ ਵਰਲਡ ਕਈ ਵਿੱਚੋਂ। ਤਾਂ ਖਾਣ ਪੀਣ ਨੂੰ ਚੰਗੀ ਭਲੀ ਅਤੇ ਰਾਮ ਜਪਣ ਨੂੰ ਕੋੜੀ, ਮਤਲਬ ਜਿਹੜਾ ਖਾਣ ਪੀਣ ਨੂੰ ਅੱਗੇ ਹੋਵੇ ਪਰ ਜਦੋਂ ਕੰਮ ਕਰਨਾ ਪਵੇ ਉਦੋਂ ਪਿੱਛੇ ਹੋ ਜੇ। ਤਾਂ ਉਹਨੂੰ ਬੀ ਇਹ ਵਾਕ ਯੂਜ਼ ਕਰ ਲੈਂਦੇ ਆ, ਖਾਣ ਪੀਣ ਨੂੰ ਚੰਗੀ ਭਲੀ, ਰਾਮ ਜਪਣ ਨੂੰ ਕੋੜੀ। ਤਾਂ ਯਾਦ ਰੱਖੋ ਤਾਂ ਕੋੜਨ ਨਹੀਂ ਆਏਗਾ, ਕੋੜੀ ਆਏਗਾ। ਨੈਕਸਟ ਦੇਖੋ ਜੀ, ਨੈਕਸਟ ਤਾਂ ਯਾਦ ਰੱਖੋ ਕੋਈ ਵਰਡ ਇਹੋ ਜਿਹੇ ਜਿਹੜੇ ਆਪਾਂ ਯਾਦ ਰੱਖਣੇ ਹੁੰਦੇ, ਕੋੜੀ ਆਏਗਾ। ਹਰੇਕ ਭਾਸ਼ਾ ਦੇ ਕਿੰਨੇ ਮੁੱਖ ਅੰਗ ਹੁੰਦੇ ਆ? ਆਪਸ਼ਨ ਏ ਦੋ, ਆਪਸ਼ਨ ਬੀ ਤਿੰਨ, ਆਪਸ਼ਨ ਸੀ ਚਾਰ, ਆਪਸ਼ਨ ਡੀ ਪੰਜ। ਤਾਂ ਤੁਹਾਨੂੰ ਮੈਂ ਕਿਹਾ ਬੱਟੀ ਜੀ, ਪ੍ਰਭਜੋਤ ਕੌਰ ਜੀ, ਮੁੱਖ ਟੈਸਟ ਦੇ ਵਿੱਚ ਕਈ ਕੁਸ਼ਚਨ ਹੋਣਗੇ ਜਿਹੜੇ ਤੁਸੀਂ ਨਵੇਂ ਸੁਣੋਗੇ। ਅੱਜ ਬਹੁਤੇ ਕੁਸ਼ਚਨ ਸੀ ਜਿਹੜੇ ਬਹੁਤ ਸੇ ਕੈਂਡੀਡੇਟ ਨੇ ਨਹੀਂ ਸੁਣੇ ਹੋਣੇ, ਨਹੀਂ ਪਹਿਲਾਂ ਕੀਤੇ ਹੋਣੇ ਅਟੈਂਪਟ। ਤਾਂ ਹਰੇਕ ਭਾਸ਼ਾ ਦੇ ਕਿੰਨੇ ਮੁੱਖ ਅੰਗ ਹੈ? ਦੋ, ਤਿੰਨ, ਚਾਰ ਜਾਂ ਪੰਜ? ਹਰੇਕ ਭਾਸ਼ਾ ਦੇ ਕਿੰਨੇ ਮੁੱਖ ਅੰਗ ਹੈ? ਦੱਸੋ ਜੀ ਕੀ ਆਊਗਾ। ਰਾਈਟ ਆਪਸ਼ਨ ਹੈ ਆਪਸ਼ਨ ਨੰਬਰ ਕੀ ਆਏਗਾ? ਸੀ। ਅਤੇ ਕੀ ਆਏਗਾ ਜੀ? ਆਪਸ਼ਨ ਨੰਬਰ ਸੀ, ਚਾਰ ਤਰ੍ਹਾਂ ਦੇ। ਤਾਂ ਹੁਣ ਤੁਸੀਂ ਮਤਲਬ ਪੁੱਛੋਗੇ ਕਿ ਸਰ ਚਾਰ ਕਿਹੜੇ? ਤਾਂ ਦੇਖ ਲਓ ਜੀ, ਚਾਰ ਧੁਨੀ, ਸ਼ਬਦ, ਵਾਕ ਅਤੇ ਅਰਥ ਚਾਰ ਤਰ੍ਹਾਂ ਦੇ। ਲਿਖ ਲਓ, ਖਾਸ ਕਰਕੇ ਧੁਨੀ ਜੋ ਧੁਨੀਆਂ ਦਾ ਬੋਧ ਕਰਾਵੇ, ਸ਼ਬਦ ਜੋ ਸ਼ਬਦਾਂ ਦਾ ਕਰਾਵੇ, ਵਾਕ ਜੋ ਵਾਕਾਂ ਦਾ ਕਰਾਵੇ, ਅਰਥ ਜੋ ਅਰਥਾਂ ਦਾ ਕਰਾਵੇ। ਇਹ ਕੁਸ਼ਚਨ ਕਈ ਵਾਰੀ ਇਹੋ ਜਿਹੇ ਵੀ ਬਣਾ ਦਿੰਦੇ ਹੁੰਦੇ ਆ, ਲਿਖਣ ਵਾਲਾ ਐਗਜ਼ਾਮੀਨਰ ਲਿਖ ਜਾਂਦਾ ਕਿਤੇ ਕਿਤੇ ਕਿ ਜੋ ਸ਼ਬਦਾਂ ਦਾ ਬੋਧ ਕਰਾਵੇ, ਸ਼ਬਦ ਬੋਧ, ਜੋ ਧੁਨੀਆਂ ਦਾ ਕਰਾਵੇ, ਧੁਨੀ ਬੋਧ, ਜੋ ਵਾਕ ਦਾ ਕਰਾਵੇ, ਵਾਕ ਬੋਧ, ਜੋ ਅਰਥ ਦਾ ਕਰਾਵੇ, ਅਰਥ ਬੋਧ। ਤਾਂ ਯਾਦ ਰੱਖ ਲਿਓ, ਹੈ ਕੁਛ ਵੀ ਨਹੀਂ ਇਹਦੇ ਵਿੱਚ। ਮੈਂ ਤੁਹਾਨੂੰ ਕਿਹਾ ਕੁਸ਼ਚਨ ਬਹੁਤ ਈਜ਼ੀ ਹੁੰਦੇ ਹੈ, ਧੁਨੀ ਬੋਧ, ਸ਼ਬਦ ਬੋਧ, ਵਾਕ ਬੋਧ ਅਤੇ ਅਰਥ ਬੋਧ। ਬਿਲਕੁਲ, ਇਹ ਚਾਰ ਤਾਂ ਯਾਦ ਹੀ ਰੱਖਿਓ। ਇੱਕ ਦਿਨ ਮੈਨੂੰ ਲੱਗਦਾ ਸ਼ਾਇਦ, ਪਤਾ ਨਹੀਂ, ਤੁਸੀਂ ਗਲਤ ਵੀ ਕੀਤਾ ਸੀ, ਅੱਜ ਤੋਂ 50 ਕੁ ਮੋਕ ਟੈਸਟ ਪਹਿਲਾਂ ਇੱਕ ਕੁਸ਼ਚਨ ਇਹੋ ਜਿਹਾ। ਤਾਂ ਬਿਲਕੁਲ, ਤਾਂ ਆਪਸ਼ਨ ਚਾਰ, ਚਾਰ ਬਿਲਕੁਲ ਰਾਈਟ ਸੀ। ਨੈਕਸਟ ਆਹ ਕੁਸ਼ਚਨ ਕਿਹੜਾ ਵਿੱਚ ਆ ਗਿਆ? ਰਾਤ ਨੂੰ ਆਕਾਸ਼ ਵਿੱਚ ਕਿਹੜਾ ਗ੍ਰਹਿ? ਪੰਜਾਬੀ 'ਚ ਇਹ ਕੁਸ਼ਚਨ ਕਿ ਕੱਲ੍ਹ ਵਾਲੇ ਦਾ ਮੋਕ ਟੈਸਟ ਦਾ ਹੈ। ਦੇਖੋ ਜੀ ਕੀ ਆਏਗਾ, ਰਾਤ ਨੂੰ ਆਕਾਸ਼ ਵਿੱਚ ਕਿਹੜਾ ਗ੍ਰਹਿ ਲਾਲ ਦਿਖਦਾ ਹੈ? ਬੁੱਧ, ਮੰਗਲ, ਸ਼ੁੱਕਰ ਜਾਂ ਸ਼ਨੀ? ਕੀ ਆਏਗਾ ਆਪਸ਼ਨ ਏ, ਬੀ, ਸੀ, ਡੀ? ਤਾਂ ਰਾਤ ਨੂੰ ਆਕਾਸ਼ ਵਿੱਚ ਹੋਰ ਵੀ ਹੈ? ਨਹੀਂ ਨਹੀਂ ਹੋਰ ਨਹੀਂ ਹੈ, ਬਾਕੀ ਸਹੀ ਹੈ। ਬਿਲਕੁਲ, ਆਪਸ਼ਨ ਨੰਬਰ ਬੀ ਮੰਗਲ। ਤਾਂ ਰਾਤ ਨੂੰ ਆਕਾਸ਼ ਵਿੱਚ ਕਿਹੜਾ ਗ੍ਰਹਿ ਲਾਲ ਦਿਖਾਈ ਦਿੰਦਾ? ਮੰਗਲ। ਸੁਰਿੰਦਰ ਕੁਮਾਰ ਜੀ, ਹੈਲੋ ਜੀ, ਲਾਸਟ ਕੁਸ਼ਚਨ। ਨਹੀਂ ਨਹੀਂ ਮਨੀਸ਼ ਜੀ, ਇਹ ਕੱਲ੍ਹ ਵਾਲਾ ਕੁਸ਼ਚਨ ਆ ਗਿਆ, ਉਹ ਹੋ ਗਿਆ ਹੋਣਾ ਇਹ ਕੱਲ੍ਹ ਵਾਲਾ ਕੁਸ਼ਚਨ। ਮੈਨੂੰ ਲੱਗਦਾ ਜਮਾਂ ਲਾਸਟ 'ਤੇ, ਵੈਸੇ ਕਿੰਨਵਾਂ ਨੰਬਰ ਸੀ ਪਿਛਲਾ?
29 ਇਹ 30 30 ਹੈ ਜਾਓ ਪਿਛਲਾ ਆ ਗਿਆ ਨੈਕਸਟ ਹੈ ਜੀ ਵੋਕੈਬਸ ਆਫ ਦਾ ਡੇ ਯਾਦ ਰੱਖਿਓ ਚਲੋ ਕੋਈ ਗੱਲ ਨਹੀਂ ਕੱਲ੍ਹ ਵੀ ਕਰਨਾ ਹੀ ਸੀ ਇਹ ਉਹਦਾ ਮੰਗਲ ਸੀਗਾ ਜੀ ਬਿਲਕੁਲ ਰਾਈਟ ਹੈ ਮੰਗਲ ਆਏਗਾ ਨੈਕਸਟ ਆਪਾਂ ਕਰਦੇ ਹਾਂ ਤਾਂ ਮੰਗਲ ਸੀ ਉਹਦਾ ਆਂਸਰ ਦੇਖੋ ਜੀ ਵੋਕੈਬ ਆਫ ਦਾ ਡਾਇਲੋਗ ਹੁੰਦਾ ਵਾਰਤਾਲਾਪ ਵਰਟੀਕਲ ਹੁੰਦਾ ਲੰਬਕਾਰੀ ਤਾਂ ਲਰਨਿੰਗ ਹੁੰਦਾ ਸਿਖਲਾਈ ਮੈਜ਼ਰ ਹੁੰਦਾ ਮਾਪ ਸੈਂਟੈਂਸ ਜ਼ਰੂਰ ਬਣਾ ਕੇ ਜਾਇਓ ਜੀ ਲਾਈਕ ਵੀਡੀਓ ਨੂੰ ਜ਼ਰੂਰ ਕਰਕੇ ਜਾਇਓ ਯੈਸ ਅੱਜ ਮੰਗਲਵਾਰ ਹੈ ਵਾਹ ਮਨੀਸ਼ ਜੀ ਕਿਆ ਦਿਮਾਗ ਲਾਇਆ ਮੰਗਲਵਾਰ ਔਰ ਮਾਰਸ ਹਾਂ ਮੰਗਲ ਬਿਲਕੁਲ ਮੰਗਲਵਾਰ ਥਾ ਇਸ ਲਈ ਆ ਗਿਆ ਹਾਂ ਯਾਦ ਰੱਖਣਾ ਸਭੀ ਡਾਇਲੋਗ ਵਾਰਤਾਲਾਪ ਵਰਟੀਕਲ ਲੰਬਕਾਰੀ ਲਰਨਿੰਗ ਸਿਖਲਾਈ ਮੈਜ਼ਰ ਮਾਪ ਜ਼ਰੂਰ ਸੈਂਟੈਂਸ ਬਣਾਇਓ ਜੀ ਡਾਇਲੋਗ ਵਾਰਤਾਲਾਪ ਵਰਟੀਕਲ ਲੰਬਕਾਰੀ ਲਰਨਿੰਗ ਸਿਖਲਾਈ ਮੈਜ਼ਰ ਮਾਪ ਯੈਸ ਪਿੱਲਰ ਇਜ਼ ਵਰਟੀਕਲ ਯੈਸ ਯੈਸ ਤਾਂ ਕਿਵੇਂ ਲੱਗਿਆ ਜੀ ਮੁੱਖ ਟੈਸਟ ਸਾਰੇ ਕੈਂਡੀਡੇਟ ਨੂੰ ਜ਼ਰੂਰ ਦੱਸੋ ਕਿਵੇਂ ਲੱਗਿਆ ਜੀ ਮੋਕ ਟੈਸਟ ਜ਼ਰੂਰ ਦੱਸੋ ਕੱਲ੍ਹ ਨੂੰ ਮਿਲਾਂਗੇ ਜੀ ਆਪਾਂ ਮੋਕ ਟੈਸਟ ਨੰਬਰ 127 ਦੇ ਵਿੱਚ ਨਵੇਂ ਨਵੇਂ ਕੁਐਸਚਨ ਸੀ ਜੀ ਨਵੇਂ ਨਵੇਂ ਯੈਸ ਅਮਰਜੀਤ ਸਿੰਘ ਜੀ ਯੈਸ ਬਹੁਤ ਵਧੀਆ ਜ਼ਰੂਰ ਆ ਜਾ ਕਰੋ ਅਮਰਜੀਤ ਸਿੰਘ ਜੀ ਰਾਈਟ 9 ਵਜੇ ਹੁਣ ਮੈਨੂੰ ਲੱਗਦਾ ਵੱਜ ਚੁੱਕੇ ਨੇ ਜੀ ਦਸ ਯੈਸ ਬੱਟੀ ਜੀ ਯੈਸ ਗੁੱਡ ਨਾਈਟ ਜੀ ਸਾਰਿਆਂ ਨੂੰ ਕੱਲ੍ਹ ਨੂੰ ਮਿਲਾਂਗੇ ਜੀ ਮੂਕ ਟੈਸਟ ਨੰਬਰ 127 'ਚ ਕੋਈ ਕਮੀ ਪਿੱਛੀ ਲੱਗੇ ਤਾਂ ਜ਼ਰੂਰ ਦੱਸ ਦਿਆ ਕਰੋ ਜੀ
ਕੋਈ ਕਮੀ ਲੱਗੇ ਤਾਂ ਜ਼ਰੂਰ ਦੱਸ ਦਿਆ ਕਰੋ ਸਾਰੇ ਕੈਂਡੀਡੇਟਸ ਨੂੰ। ਬਹੁਤੇ ਕੈਂਡੀਡੇਟ ਚਲੇ ਜਾਂਦੇ ਆ ਜੀ, ਕੈਬ ਜਦੋਂ ਸ਼ੁਰੂ ਹੋ ਜਾਂਦੀ ਆ ਉਦੋਂ। ਯੈਸ ਯੈਸ ਅਮਰਜੀਤ ਜੀ, ਸੀ ਟੈਟ 'ਚ ਵੀ ਹੈਲਪ ਕਰੇਗਾ। ਯੈਸ, ਕਈ ਕੈਂਡੀਡੇਟ ਚਲੇ ਜਾਂਦੇ ਆ ਜੀ, ਜ਼ਰੂਰ। ਮੈਂ ਕਹਿੰਦਾ ਉਹਨਾਂ ਸੈਂਟੈਂਸ ਬਣਾਇਆ ਕਰੋ, 2-3 ਮਿੰਟ ਹੀ ਲੱਗਦੇ ਆ, ਜ਼ਿਆਦਾ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਜੀ। ਮਨੀਸ਼ ਜੀ ਕਹਿ ਰਹੇ ਨੇ ਸੋਹਣਾ ਹੈ। ਜ਼ਰੂਰ ਜੀ, ਜ਼ਰੂਰ ਸੌਂ ਜਾਓ ਮਨੀਸ਼ ਜੀ, ਸੌਂ ਜਾਓ। ਮਨੀਸ਼ ਜੀ ਅਗਰ ਲੱਗੇ ਤਾਂ ਜ਼ਰੂਰ ਦੱਸ ਦਿਆ ਕਰੋ। ਤੁਸੀਂ ਸੌਣਾ ਵੀ ਹੈ, ਕਈ ਕੈਂਡੀਡੇਟ ਨੇ। ਸੋਚੋ ਮੈਂ ਹਾਲੇ ਡਿਨਰ ਕਰਨਾ 10:30-11:30, ਉਦੋਂ ਬਾਅਦ 12 ਵਜੇ ਸੋਣਾ ਹੈ, ਘੱਟੋ ਘੱਟ 12, ਵੱਧ ਭਾਵੇਂ ਕੋਈ ਟਾਈਮ ਹੋ ਜਾਵੇ 12 ਤਾਂ ਸ਼ੋਰ ਹੈ ਵੀ ਵੱਜਦੇ ਹੀ ਹੈ। ਉਸ ਤੋਂ ਬਾਅਦ ਤਾਂ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ, ਬਹੁਤ ਬਹੁਤ ਸ਼ੁਕਰੀਆ। ਓਕੇ ਜੀ, ਗੁੱਡ ਬਾਏ, ਕੱਲ੍ਹ ਨੂੰ ਮਿਲਾਂਗੇ। ਬਹੁਤ ਬਹੁਤ ਧੰਨਵਾਦ।